DBL ਤੇ ਤੁਹਾਡਾ ਸਵਾਗਤ ਹੈ। ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ 47 ਨੂੰ ਲੈ ਕੇ ਇੱਕ ਸੀਰੀਜ਼ ਸ਼ੁਰੂ ਕੀਤੀ ਹੈ ਅਤੇ ਉਸੇ ਸੀਰੀਜ਼ ਦੇ ਤਹਿਤ ਅੱਜ ਅਸੀਂ ਆਏ ਹਾਂ ਰੋਬਿਨ ਲਹਿਲ ਹੋਣਾ ਕੋਲ। ਇਹਨਾਂ ਦੀ ਸਟੋਰੀ ਜਿਹੜੀ ਹੈਗੀ ਹੈ ਥੋੜ੍ਹੀ ਵੱਖਰੀ ਹੈ, ਹਾਲਾਂਕਿ 47 ਨਾਲ ਜੁੜੀ ਹੋਈ ਹੈ। ਅਕਸਰ ਆਪਾਂ ਜਦੋਂ ਸਟੋਰੀਆਂ ਕਰਦੇ ਹਾਂ ਤਾਂ ਉਹਦੇ ਵਿੱਚ ਬਹੁਤ ਸਾਰੀ ਟ੍ਰੈਜਡੀ ਹੁੰਦੀ ਹੈ, ਬਹੁਤ ਸਾਰਾ ਦੁੱਖ ਹੁੰਦਾ, ਬਹੁਤ ਸਾਰਾ ਉਜਾੜਾ ਹੁੰਦਾ। 47 ਨੂੰ ਲੈ ਕੇ ਇਹਨਾਂ ਦੀ ਫੈਮਿਲੀ ਨੇ ਵੀ ਬਹੁਤ ਕੁਛ ਦੇਖਿਆ, ਪਰ ਕਿਉਂਕਿ ਇਹ ਇਹਨਾਂ ਦਾ ਜਿਹੜਾ ਪਰਿਵਾਰ ਹੈ ਇਹ ਇੱਕ ਰੋਇਲ ਫੈਮਿਲੀ ਦੇ ਤੌਰ 'ਤੇ ਪਾਕਿਸਤਾਨੀ ਪੰਜਾਬ ਦੇ ਵਿੱਚ, ਜਾਂ ਉਸ ਸਮੇਂ ਜਿਹੜਾ ਆਪਣਾ ਕਹਿ ਦਈਏ ਆਜ਼ਾਦੀ ਤੋਂ ਪਹਿਲਾਂ ਦਾ ਜਿਹੜਾ ਪੰਜਾਬ ਸੀ, ਉੱਧਰ ਵੀ ਇਹਨਾਂ ਦਾ ਇੱਕ ਚੰਗਾ ਏਰੀਏ ਦੇ ਵਿੱਚ ਅਸਰ ਰਸੂਖ ਸੀਗਾ। ਅਤੇ ਉਸ ਤੋਂ ਬਾਅਦ ਇਹਨਾਂ ਨੇ ਇੱਧਰ ਆ ਕੇ ਜਦੋਂ ਇਹਨਾਂ ਨੇ ਮਾਈਗ੍ਰੇਟ ਕੀਤਾ ਤਾਂ ਇੱਥੇ ਵੀ ਮਤਲਬ ਪਰਿਵਾਰ ਨੇ ਨਾਂ ਵੀ ਬਣਾਇਆ, ਅਤੇ ਇਹਨਾਂ ਨੇ ਆਪਣੀ ਜਿਹੜੀ ਉੱਧਰਲੀਆਂ ਫੈਮਿਲੀਆਂ ਦੇ ਨਾਲ ਜਿਹੜੇ ਇਹਨਾਂ ਦਾ ਸੰਪਰਕ ਸੀਗਾ, ਜਿਹੜਾ ਮਤਲਬ ਇਹਨਾਂ ਦੇ ਦਾਦਾ ਜੀ ਦੇ ਦੋਸਤ ਸੀ, ਇਹਨਾਂ ਦੇ ਪਿਤਾ ਦੇ ਦੋਸਤ ਸੀਗੇ, ਉਹਨਾਂ ਨਾਲ ਅੱਜ ਵੀ 75 ਸਾਲ ਤੋਂ ਉੱਪਰ ਹੋ ਚੁੱਕੇ ਆ, ਅੱਜ ਵੀ ਉਹ ਪਰਿਵਾਰ ਇਹਨਾਂ ਨਾਲ ਜੁੜੇ ਹੋਏ ਨੇ। ਕੀ ਚੀਜ਼ਾਂ ਜਿਹੜੀਆਂ ਇਹਨਾਂ ਨੇ ਹੰਢਾਈਆਂ, ਕਿਵੇਂ ਕਿਵੇਂ ਜਿਹੜਾ ਇਹਨਾਂ ਨੂੰ ਚੈਲੇਂਜਸ ਬਾਅਦ 'ਚ ਆਏ, ਅਤੇ ਇਹ ਜਿਹੜੇ ਰਿਸ਼ਤੇ ਨੇ ਜਦੋਂ ਸਾਰੇ ਰਿਸ਼ਤੇ ਤਾਰ ਤਾਰ ਹੋ ਗਏ ਸੀ, ਜਦੋਂ ਸਿਰਫ ਮਤਲਬ ਧਰਮ ਹੀ ਇੱਕ ਮੁੱਖ ਚੀਜ਼ ਹੋ ਗਈ ਸੀ, ਉਦੋਂ ਵੀ ਇਹਨਾਂ ਨੇ ਉਹ ਰਿਸ਼ਤੇ ਕੰਟੀਨਿਊ ਕੀਤੇ। ਅੱਜ ਵੀ ਜਿਹੜੀ ਇਹਨਾਂ ਦੀ ਚੌਥੀ ਪੀੜ੍ਹੀ ਜਿਹੜੀ ਸ਼ੁਰੂ ਹੋ ਗਈ ਹੈ ਅਤੇ ਉਹ ਵੀ ਆਪਸ ਦੇ ਵਿੱਚ ਉਸੇ ਤਰ੍ਹਾਂ ਜਿਹੜਾ ਹੈਗਾ ਵਰਤ ਵਿਹਾਰ ਰੱਖਦੇ ਨੇ। ਬਾਕੀ ਆਪਾਂ ਗੱਲਾਂ ਕਰਦੇ ਹਾਂ ਰੋਬਿਨ ਜੀ ਨਾਲ, ਇਹਨਾਂ ਨੂੰ ਪੁੱਛਦੇ ਹਾਂ ਕਿ ਕੀ ਉਸ ਸਮੇਂ ਹੋਇਆ ਅਤੇ ਕੀ ਇਹਨਾਂ ਦੇ ਬਜ਼ੁਰਗਾਂ ਨੇ ਜੋ ਇਹਨਾਂ ਤੱਕ ਜਿਹੜੀ ਸੂਚਨਾ ਉਹ ਪਹੁੰਚਾਈ ਹੈ। ਰੋਬਿਨ ਜੀ ਸਵਾਗਤ ਹੈ ਤੁਹਾਡਾ। ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ, ਥੈਂਕ ਯੂ ਤੁਹਾਡਾ। ਅਤੇ ਇੱਕ ਚੀਜ਼ ਮਤਲਬ ਇਹ ਦੱਸੋ, ਵੈਸੇ ਤੁਹਾਡੀ ਮਤਲਬ ਜਿਹੜੀ ਹੈਗੀ ਹੈ ਜਿਵੇਂ ਤੁਸੀਂ ਇਹ ਰੱਖਿਆ ਹੋਇਆ ਲਹਿਲ, ਹਾਂਜੀ ਹੈ ਨਾ, ਇਹ ਮਤਲਬ ਤੁਸੀਂ ਅੱਜ ਵੀ ਮਤਲਬ ਆਪਣੇ ਪਿੰਡ ਨੂੰ ਯਾਦ ਕਰ ਰਹੇ ਹੋ? ਲਹਿਲ ਤੁਹਾਡਾ ਪਿੰਡ ਸੀ ਉੱਥੇ? ਬਿਲਕੁਲ ਜੀ, ਸਾਡਾ ਪਿੰਡ ਸੀ, ਪਿੰਡ ਸਾਡਾ ਉਰੇ ਸੀ, ਪਹਿਲਾਂ ਰਾੜਾ ਸਾਹਿਬ ਕੋਲ ਬੈਕ ਸਾਈਡ 'ਤੇ, ਹੁਣ ਵੀ ਹੈ। ਉਸ ਤੋਂ ਬਾਅਦ ਜਾ ਕੇ ਮੇਰੇ ਗ੍ਰੈਂਡਫਾਦਰ, ਮੇਰੇ ਪੜਦਾਦਾ ਜੀ ਨੇ ਸਰਦਾਰ ਜੀਵਾ ਸਿੰਘ ਹੋਣਾ, ਉੱਥੇ ਜਾ ਕੇ ਫਿਰ ਲੈਲਪੁਰ ਦੇ ਵਿੱਚ ਜਾ ਕੇ ਵਸਾਇਆ ਲਹਿਲ ਪਿੰਡ, ਲਹਿਲ ਜਿਹੜਾ ਅੱਜ ਵੀ ਮੌਜੂਦ ਆ ਉੱਥੇ, ਉਹੀ ਨਾਂ ਪਿੰਡ ਦਾ, ਉਹੀ ਨਾਂ ਪਿੰਡ ਦਾ, ਅਤੇ ਉਹੀ ਅੱਜ ਹੈਗਾ ਮੌਜੂਦ ਆ ਉੱਥੇ। ਅਤੇ ਇਹ ਜਿਹੜਾ ਪਿੰਡ, ਜਿਵੇਂ ਆਪਾਂ ਅਕਸਰ ਮਤਲਬ ਅਸੀਂ ਕਹਾਣੀਆਂ ਸੁਣਦੇ ਹਾਂ ਵੀ ਉਦੋਂ ਜਿਹੜੇ ਚੱਕ ਆਬਾਦ ਕੀਤੇ ਗਏ ਸੀ ਅਤੇ ਉਦੋਂ ਜ਼ਮੀਨਾਂ ਅਲਾਟ ਕੀਤੀਆਂ ਸੀ ਸਰਕਾਰ ਨੇ, ਜੀ ਹੈ ਨਾ, ਅਤੇ ਇਹ ਉਸ ਤਰ੍ਹਾਂ ਅਲਾਟ ਹੋਏ ਸੀ ਜਾਂ ਮਤਲਬ ਇਹ ਹੈ ਵੀ ਤੁਸੀਂ ਕਿਵੇਂ ਉਹ ਫੈਸਲਾ ਕਿਵੇਂ ਕੀਤਾ ਵੀ ਆਪਦਾ ਇੱਧਰਲਾ ਪਿੰਡ ਛੱਡ ਕੇ ਉੱਥੇ ਨਵਾਂ ਪਿੰਡ ਕਿਉਂ ਵਸਾਇਆ? ਐਕਚੁਅਲ ਇਹਦੇ ਵਿੱਚ ਜਦੋਂ ਅੰਗਰੇਜ਼ਾਂ ਦਾ ਟਾਈਮ ਸੀ, ਗੋਰਿਆਂ ਦਾ ਟਾਈਮ ਸੀਗਾ, ਉਸ ਟਾਈਮ ਦੇ ਵਿੱਚ ਗੋਰਿਆਂ ਨੇ ਇੱਕ ਉਹ ਕੀਤਾ ਸੀਗਾ ਵੀ ਜਿਹਦੇ ਕੋਲ ਕੁਛ ਹੈ ਨਹੀਂ ਤਾਂ ਉਹ ਸਾਨੂੰ ਦੱਸਿਆ ਜਾਵੇ। ਮੇਰੇ ਪੜਦਾਦਾ ਜੀ ਸਰਦਾਰ ਜੀਵਾ ਸਿੰਘ ਅਤੇ ਮੇਰੇ ਗ੍ਰੈਂਡਫਾਦਰ ਥੋੜ੍ਹਾ ਜਿਹਾ ਹੋ ਸੀਗੇ, ਅਤੇ ਉਹਨਾਂ ਨੇ ਫਿਰ ਖੜ੍ਹੇ ਹੋ ਕੇ ਕਿਹਾ ਵੀ ਕੀ ਦਿੰਦੇ ਹੋ ਸਾਨੂੰ ਜੀ? ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਲੈਲਪੁਰ ਜਾ ਕੇ ਜਿੰਨੀ ਜ਼ਮੀਨ ਵਗੜਨੀ ਹੈ ਲੈ ਸਕਦੇ ਹੋ ਤੁਸੀਂ, ਵਗੜ ਲਓ। ਤਾਂ ਲੋਕਾਂ ਨੇ ਇਤਰਾਜ਼ ਵੀ ਕੀਤਾ ਵੀ ਇਹ ਤਾਂ ਪਹਿਲਾਂ ਹੀ ਇੱਥੇ ਜੈਲਦਾਰ ਨੇ ਤੁਸੀਂ, ਉਹ ਕਹਿੰਦੇ ਵੀ ਨਹੀਂ ਹੁਣ ਫੈਸਲਾ ਟਾਲਿਆ ਨਹੀਂ ਜਾ ਸਕਦਾ, ਉੱਥੇ ਜਾਓ। ਫਿਰ ਉੱਥੇ ਜਾ ਕੇ ਆਪਣਾ ਪਿੰਡ ਵਸਾਇਆ, ਫੈਮਿਲੀਆਂ ਮਾਈਗ੍ਰੇਟ ਹੋਈਆਂ ਉੱਥੇ ਜੀ, ਉੱਥੇ ਰਹੇ ਅਸੀਂ ਜਾ ਕੇ, ਮੇਰਾ ਸਾਡਾ ਮਤਲਬ ਕਿ ਜਿਹੜਾ ਪਰਿਵਾਰ, ਪੜਦਾਦਾ ਜੀ ਦਾਦਾ ਜੀ ਸਾਰੇ ਉੱਥੇ ਪਿੰਡ ਵਸਾ ਕੇ ਰਹੇ ਲੈਲਪੁਰ ਦੇ ਵਿੱਚ, ਜਿਹੜਾ ਕਿ ਇਹ ਲੈਲਪੁਰ ਤੋਂ 10 ਕਿਲੋਮੀਟਰ 'ਤੇ ਵਸਿਆ ਹੋਇਆ। ਅਤੇ ਉਦੋਂ ਜਦੋਂ ਤੁਸੀਂ ਇੱਥੋਂ ਗਏ ਲੈ, ਮਤਲਬ ਤੁਹਾਡੇ ਦਾਦਾ ਜੀ ਗਏ, ਅਤੇ ਉਹਨਾਂ ਨੇ ਫਿਰ ਨਾਲ, ਕਿਉਂਕਿ ਜਦੋਂ ਆਪਾਂ ਇੰਨੀ ਜ਼ਮੀਨ ਮਤਲਬ ਉਹਨੂੰ ਮੇਨਟੇਨ ਕਰਨਾ ਜਾਂ ਵਾਹੁਣੀ ਹੈ ਤਾਂ ਨਾਲ ਆਪਾਂ ਨੂੰ ਬਹੁਤ ਸਾਰੇ ਹੋਰ ਵੀ ਕਿੱਤਾਕਾਰ ਬੰਦੇ, ਉਹ ਸਾਰੇ ਇੱਥੋਂ ਲੈ ਕੇ ਗਏ? ਹਾਂ, ਸਾਰੇ ਚਲੇ ਗਏ ਸੀ, ਜਿਹੜੇ ਉਹਨਾਂ ਦੇ ਨੇੜਲੇ ਸਾਡੇ ਰਿਸ਼ਤੇਦਾਰ ਸੀ ਜਾਂ ਭਾਈਚਾਰੇ ਦੇ ਵਿੱਚ, ਉਹ ਲਾ ਲਓ ਸਾਰੇ ਉਹ ਨਾਲ ਹੀ ਚਲੇ ਗਏ ਸੀ ਜੀ, ਉਹ ਉੱਥੇ ਹੀ ਚਲੇ ਗਏ ਸੀ, ਮਾਈਗ੍ਰੇਟ ਕਰਕੇ ਸੀ, ਕਿਉਂਕਿ ਉਦੋਂ ਤਾਂ ਕੋਈ ਬਾਰਡਰ ਤਾਂ ਹੈ ਨਹੀਂ ਸੀਗੇ, ਖੁੱਲ੍ਹਾ ਹੀ ਸੀ, ਆਪਾਂ ਜਿਵੇਂ ਆਮ ਆਉਣੇ ਜਾਂਦੇ ਇਸ ਤਰ੍ਹਾਂ ਹੀ ਸੀਗਾ, ਕੋਈ ਐਡੀ ਗੱਲ ਤਾਂ ਹੈ ਨਹੀਂ ਸੀ, ਇਹ ਤਾਂ ਹੁਣ ਹੀ ਬਾਰਡਰ ਬਣੇ ਨੇ। ਅਤੇ ਜਿਹੜੀ ਇਹ ਤੁਸੀਂ ਦੱਸ ਰਹੇ ਸੀਗੇ ਜਦੋਂ ਆਪਾਂ ਗੱਲਬਾਤ ਕਰਦੇ ਸੀ ਕਿ ਉੱਥੋਂ ਦੀ ਜਿਹੜੀ ਰੋਇਲ ਫੈਮਿਲੀ ਸੀ, ਜਿਹੜੇ ਰਾਜਾ ਸੀ ਉੱਥੋਂ ਦਾ, ਹਾਂਜੀ, ਉਹਨਾਂ ਨਾਲ ਜਦੋਂ ਆਪਾਂ ਨਵੇਂ ਏਰੀਏ ਦੇ ਵਿੱਚ ਗਏ ਹਾਂ ਅਤੇ ਉੱਥੇ ਉਹਨਾਂ ਨਾਲ ਮਤਲਬ ਤੁਹਾਡੇ ਦਾਦਾ ਜੀ ਦੇ ਕਾਫੀ ਚੰਗੇ ਰਿਲੇਸ਼ਨ ਬਣੇ ਜਿਹੜੇ ਅੱਜ ਵੀ ਕਾਇਮ ਨੇ, ਹੈ ਨਾ, ਉਹ ਕਿਵੇਂ, ਉਹ ਸ਼ੁਰੂਆਤ ਕਿਵੇਂ ਹੋਈ ਉਸ ਰਿਲੇਸ਼ਨ ਦੀ? ਜਦੋਂ ਸਾਡੀ ਫੈਮਿਲੀ ਮਾਈਗ੍ਰੇਟ ਕਰ ਗਈ, ਉੱਥੇ ਦੇ ਜਿਹੜੇ ਰਾਜਾ ਸਾਹਿਬ ਸੀ, ਰਾਜਾ ਨਾਦਰ ਖਾਨ ਸੀਗੇ, ਹਾਂਜੀ, ਉਹ ਮੇਰੇ ਫਾਦਰ ਦੇ ਗ੍ਰੈਂਡਫਾਦਰ ਦੇ ਬਹੁਤ ਜ਼ਿਆਦਾ ਕਲੋਜ਼ ਫਰੈਂਡ ਸੀਗੇ, ਜਸਟ ਲਾਈਕ ਪੱਗ ਵੱਟ ਭਰਾ ਬਣੇ ਹੋਏ ਸੀਗੇ, ਉਹ ਅੱਜ ਵੀ ਸਾਡੀ ਫੈਮਿਲੀ ਉਸ ਤਰ੍ਹਾਂ ਹੀ ਵਰਤ ਰਹੀ ਹੈ ਜਿਵੇਂ ਪਹਿਲਾਂ ਸੀ ਜੀ। ਅਤੇ ਬਹੁਤ ਜ਼ਿਆਦਾ ਨੇੜਤਾ ਹੋਣ ਕਾਰਨ ਉੱਥੇ ਮਤਲਬ ਕਿ ਸਾਡੇ ਲੈਲਪੁਰ ਦੇ ਵਿੱਚ ਬਹੁਤ ਰੋਇਲ ਫੈਮਿਲੀਜ਼ ਰਹਿੰਦੀਆਂ, ਥੋੜ੍ਹੀਆਂ ਥੋੜ੍ਹੀਆਂ ਹੈਗੀਆਂ ਸੀਗੀਆਂ, ਅਤੇ ਮੇਰੇ ਗ੍ਰੈਂਡਫਾਦਰ ਨਾਲ ਉਹਨਾਂ ਦੀ ਬਹੁਤ ਜ਼ਿਆਦਾ ਨੇੜਤਾ ਸੀ, ਭਾਈਆਂ ਵਾਂਗੂ ਪਿਆਰ ਸੀਗਾ, ਅਸੀਂ ਅੱਜ ਵੀ ਉਹਨਾਂ ਨੂੰ ਐਜ਼ ਏ ਦਾਦਾ ਜੀ ਟਾਈਪ ਹੀ ਮੰਨਦੇ ਹਾਂ, ਕੋਈ ਸਾਡੇ 'ਚ ਉਹ ਨਹੀਂ ਹੈਗਾ ਮਤਲਬ ਕੋਈ ਧਰਮ ਦਾ, ਕੋਈ ਕੁਛ, ਕੋਈ ਸਾਡੇ 'ਚ ਧਰਮ ਦਾ ਲੈਣ ਦੇਣ ਨਹੀਂ ਹੈਗਾ। ਅੱਜ ਵੀ ਅਸੀਂ ਜਿਹੜੇ ਮਤਲਬ ਕਿ ਜਿਹੜੇ ਉਹਨਾਂ ਦੇ ਪ੍ਰੈਜ਼ੀਡੈਂਟ ਬੱਚੇ ਹੈਗੇ ਆ, ਮਤਲਬ ਅਸੀਂ ਉਹਨਾਂ ਨੂੰ ਅੱਜ ਵੀ ਚਾਚਾ ਜੀ ਕਹਿ ਕੇ ਬੁਲਾਉਂਦੇ ਹਾਂ,
ਉਹ ਸਾਡੇ ਚਾਚਾ ਜੀ ਦਾ ਨਾਮ ਵੀ ਦੱਸ ਦਿੰਦਾ ਮੈਂ ਤੁਹਾਨੂੰ, ਰਾਜ਼ਾ ਨਾਦਰ ਪਰਵੇਸ਼ ਜੀ, ਰਾਜ਼ਾ ਔਰੰਗਜ਼ੇਬ ਖਾਨ ਇਹ ਅਮੈਰੀਕਾ ਦੇ ਵਿੱਚ ਨੇ, ਰਾਜ਼ਾ ਜ਼ਹਾਂ ਜ਼ੇਬ ਖਾਨ ਇਹ ਲਾਇਲਪੁਰ ਦੇ ਵਿੱਚ ਨੇ। ਅਤੇ ਤੁਹਾਡੀ ਉਹਨਾਂ ਨਾਲ ਮਤਲਬ ਗੱਲ ਹੁੰਦੀ ਹੈ? ਜੀ ਸਾਡੀ ਤਕਰੀਬਨ ਹੁੰਦੀ ਰਹਿੰਦੀ ਹੈ, ਅਸੀਂ ਕਰਦੇ ਰਹਿੰਦੇ ਹਾਂ ਉਹਨਾਂ ਦੇ ਬੱਚਿਆਂ ਨਾਲ ਵੀ। ਉਹ ਬੱਚੇ ਬੜੇ ਛੋਟੇ ਸੀ ਜਦੋਂ ਅਸੀਂ 88 ਦੇ ਵਿੱਚ ਗਏ ਸੀ, ਬੜੇ ਅਸੀਂ ਦੇਖਿਆ ਜਾ ਕੇ ਵੀ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ, ਅੱਜ ਵੀ ਉਵੇਂ ਹੀ ਆ ਸਾਡਾ। ਅਤੇ ਇਹਦੀ ਸ਼ੁਰੂਆਤ ਮਤਲਬ ਜਿਵੇਂ ਤੁਹਾਡੇ ਦਾਦਾ ਜੀ ਨੂੰ ਘੋੜਿਆਂ ਦਾ ਸ਼ੌਂਕ ਸੀਗਾ, ਨੇਜਾਬਾਜ਼ੀ ਕਰਦੇ ਸੀ ਉਹ ਸਪੋਰਟਸ ਦਾ, ਹੈ ਨਾ, ਅਤੇ ਉਹਦੇ ਉਹ ਸਬੱਬ ਬਣਿਆ? ਨਹੀਂ, ਸਬੱਬ ਤਾਂ ਪਹਿਲਾਂ ਦਾ ਹੀ ਬਣਿਆ ਹੋਇਆ ਸੀਗਾ ਜੀ। ਐਕਚੁਅਲ ਮੇਰੇ ਗ੍ਰੈਂਡਫਾਦਰ ਨੂੰ ਬਹੁਤ ਜ਼ਿਆਦਾ ਸ਼ੌਂਕ ਸੀਗਾ ਘੋੜੇ ਰੱਖਣ ਦਾ, ਕੁੱਤੇ ਭਜਾਉਣ ਦਾ, ਨੇਜਾਬਾਜ਼ੀ ਕਰਨ ਦਾ। ਅਤੇ ਉਹ ਫਿਰ ਜਦੋਂ ਆਪਸ 'ਚ ਮਿਲਦੇ ਸੀ ਤਾਂ ਫਿਰ ਇਹ ਸਾਰੇ ਕਰਦੇ ਸੀ ਨਾ, ਚਾਚਾ ਜੀ ਨੂੰ ਵੀ ਸ਼ੌਂਕ ਸੀਗਾ ਬੜਿਆਂ ਨੂੰ। ਅਤੇ ਉਹ ਫਿਰ ਮੇਰੇ ਗ੍ਰੈਂਡਫਾਦਰ ਲਾਇਲਪੁਰ ਦੇ ਵਿੱਚ ਨੇਜਾਬਾਜ਼ੀ ਕਰਦੇ ਸੀਗੇ, ਅਸੀਂ ਤਾਂ ਉਹ ਜਗ੍ਹਾ ਦੇਖੀਆਂ ਹੋਈਆਂ ਨੇ 88 ਦੇ ਵਿੱਚ ਦੇਖੀਆਂ ਨੇ ਮੈਂ, ਜਿੱਥੇ ਦਿਖਾਇਆ ਲੋਕਾਂ ਨੇ ਵੀ ਇੱਥੇ ਕਰਦੇ ਸੀਗੇ, ਉਹ ਸਾਰਾ ਦੇਖਿਆ ਜੀ, ਅਸੀਂ ਪਿੰਡ ਵੀ ਦੇਖਿਆ ਸੀ ਆਪਦਾ। ਅਤੇ ਜਿਵੇਂ ਤੁਹਾਡਾ ਬਰਥ ਇੱਧਰ ਹੋਇਆ, ਜਦੋਂ ਤੁਸੀਂ ਉੱਥੇ ਗਏ ਤਾਂ ਮਤਲਬ ਕੀ ਮਨ 'ਚ ਕੀ ਅਹਿਸਾਸ ਆਏ ਤੁਹਾਡੇ? ਮਨ 'ਚ ਬੜਾ ਵੱਡਾ ਅਹਿਸਾਸ ਆਉਂਦਾ ਜੀ ਜਦੋਂ ਆਪਣੀ ਬੈਕਗਰਾਊਂਡ ਦੇਖਦੇ ਹਾਂ, ਜਾ ਕੇ ਵੀ ਇੰਨੀ ਜਾਇਦਾਦ ਛੱਡ ਕੇ ਚਲੇ ਗਏ, ਉੱਥੇ ਮਾਈਗ੍ਰੇਟ ਹੋ ਗਏ, ਇਹਦੇ 'ਚ ਕੁਛ ਤਾਂ ਕੁਛ ਕਾਰਨ ਹੋਊਗਾ ਜੀ, ਹੁਣ ਉਹਨਾਂ ਦੀ ਸੋਚ ਸੀ ਕਿਉਂ ਹੋਏ। ਅਤੇ ਜਦੋਂ ਦੇਖਦੇ ਸੀ ਆਪਣੀ ਜਾਇਦਾਦ, ਕਹਿੰਦੇ ਸੀ ਵੀ ਨਿਗਾਹ ਮਾਰ ਲਓ ਜਿੱਥੇ ਤੱਕ ਜਾਂਦੀ ਹੈ ਤੁਹਾਡੀ ਉਹ ਹੈ। ਅਤੇ ਫਿਰ ਪਿੰਡ ਦੇਖ ਕੇ ਵੀ ਤਾਂ ਇੱਕ ਵਾਰ ਤਾਂ ਹੋ ਹੀ ਜਾਂਦਾ ਨਾ ਵੀ ਕਿੱਡਾ ਜਾਇਦਾਦ ਛੱਡੀ, ਕਿੱਥੋਂ ਮਾਈਗ੍ਰੇਟ ਹੋਏ, ਕਾਹਦੇ ਵਾਸਤੇ ਹੋਏ, ਇੱਕ ਸਿਰਫ ਧਰਮ ਨਾ ਤਬਦੀਲੀ ਕਰਨ ਕਰਕੇ ਮਤਲਬ ਮਾਈਗ੍ਰੇਟ ਕਰਨ ਪ੍ਰੈਫਰ ਕੀਤਾ, ਮਤਲਬ ਸਾਰਾ ਮੇਨਟੇਨ ਹੋ ਸਕਦਾ, ਸਾਰਾ ਕੁਛ ਛੱਡਿਆ। ਪਰ ਇੱਕ ਵੱਖਰੀ ਤਰ੍ਹਾਂ ਦੀ ਇੱਕ ਫੀਲਿੰਗ ਜੀ ਆਉਂਦੀ ਹੈ ਨਾ ਜਦੋਂ ਆਪਾਂ, ਜਿਵੇਂ ਆਪਾਂ ਕੋਈ ਆਪਣੀ ਪੁਰਾਣੀ ਚੀਜ਼ ਹੋਵੇ ਜਿਹੜੀ ਆਪਣੀ ਸਭ ਤੋਂ ਪਹਿਲੀ ਕਾਰ ਹੁੰਦੀ ਹੈ, ਜਾਂ ਆਪਣੇ ਦਾਦਾ ਜੀ ਦੀ ਜਾਂ ਫਾਦਰ ਦੀ ਕੋਈ ਵੀ ਜਿਹੜੀ ਆਪਾਂ ਨੂੰ ਆਪਦੇ ਵਿਰਸੇ ਨਾਲ ਜੋੜਦੀ, ਆਪਾਂ ਨੂੰ ਉਹਦਾ ਮੋਹ ਆਉਂਦਾ। ਪਰ ਤੁਸੀਂ ਤਾਂ ਪੂਰਾ ਇੱਕ ਵਿਰਾਸਤ ਉੱਥੇ ਤੁਹਾਡੀ ਤਾਂ ਰਹਿ ਗਈ ਉੱਥੇ ਜੀ। ਅਸੀਂ ਦੇਖ ਕੇ ਆਏ ਸੀ ਉੱਥੇ ਜਦੋਂ ਸਾਨੂੰ ਉਹਨਾਂ ਨੇ ਘਰ ਦਿਖਾਇਆ ਸਾਡਾ, ਹੁਣ ਤਾਂ ਪਤਾ ਨਹੀਂ ਉਹਦੇ ਕੀ ਹਾਲਾਤ ਨੇ। ਅਤੇ ਜਦੋਂ ਉਹਨਾਂ ਨੇ ਦਿਖਾਇਆ ਤਾਂ ਪੁਰਾਣੇ ਜਿਹੜੇ ਬਜ਼ੁਰਗ ਸੀਗੇ, ਹੁਣ ਤਾਂ ਫੌਤ ਹੋ ਗਏ ਹੋਣੇ ਵਿਚਾਰੇ, ਖੈਰ ਉਹ ਗਏ ਅਤੇ ਸਾਨੂੰ ਮੇਰੀ ਗ੍ਰੈਂਡ ਮਦਰ ਜਿੱਥੇ ਦੁੱਧ ਰਿੜਕਦੀ ਸੀਗੀ ਮੇਨ ਗੇਟ ਵਿੱਚ ਦੀ ਵੜ ਕੇ, ਉੱਥੇ ਪਿੱਲਰ ਹੈ ਬਹੁਤ ਮੋਟਾ, ਉੱਥੇ ਦਿਖਾਇਆ ਸਾਨੂੰ ਵੀ ਤੁਹਾਡੀ ਗ੍ਰੈਂਡ ਮਦਰ ਇੱਥੇ ਦੁੱਧ ਰਿੜਕਿਆ ਕਰਦੀ ਸੀ, ਇੱਥੋਂ ਦੀ ਤੁਸੀਂ ਜਿੰਨੀ ਝਾਤ ਮਾਰ ਰਹੇ ਹੋ। ਇਸ ਉਸ ਟਾਈਮ 88 ਦੇ ਵਿੱਚ ਉਹਦੇ 'ਚ 52 ਘਰ ਸੀ, 52 ਘਰ ਵਸੇ ਹੋਏ ਸੀ ਇੱਕੋ ਹੀ ਘਰ ਦੇ ਵਿੱਚ, ਇੱਕੋ ਘਰ ਦੇ ਵਿੱਚ, ਮਤਲਬ ਤੁਹਾਡਾ ਘਰ ਐਡਾ ਵੱਡਾ ਸੀ, 52 ਫੈਮਲੀਆਂ ਰਹਿ ਸਕੀਆਂ ਜੀ, 52 ਘਰ ਵਸੇ ਹੋਏ ਸੀਗੇ ਜੀ, 52 ਘਰਾਂ ਦੇ ਵਿੱਚੋਂ। ਫਿਰ ਸਾਨੂੰ ਉਹਨਾਂ ਨੇ ਇਕੱਲਾ ਇਕੱਲਾ ਦੱਸਿਆ ਵੀ ਉਹ ਉੱਥੇ ਤੁਹਾਡਾ, ਮਤਲਬ ਹੁਣ ਤਾਂ ਘਰ ਬਣ ਗਏ ਸੀ ਛੋਟੇ ਛੋਟੇ, ਵੀ ਉੱਥੇ ਘੋੜਿਆਂ ਦਾ ਤਬੇਲਾ ਹੁੰਦਾ ਸੀ, ਇੱਥੇ ਆਹ ਸੀ, ਇੱਥੇ ਆਹ ਸੀ, ਮਤਲਬ ਕਿ ਹੁਣ ਤਾਂ ਹਾਲਾਤ ਕਹਿੰਦੇ ਕੁਛ ਹੋਰ ਹੀ ਹੋਏ ਨੇ, ਅਤੇ ਥੋੜ੍ਹੀ ਜਿਹੀ ਬਿਲਡਿੰਗ ਹੈਗੀ ਆ ਹੁਣ ਮੌਜੂਦ। ਅਤੇ ਇਹ ਜਦੋਂ ਤੁਸੀਂ ਮਤਲਬ ਤੁਹਾਡੀ ਫੈਮਿਲੀ ਇੱਧਰ ਮਾਈਗ੍ਰੇਟ ਕੀਤੇ, ਜਿਹੋ ਜਿਹਾ ਉਦੋਂ ਮਾਹੌਲ ਸੀ ਹੈ ਨਾ, ਵੀ ਮਤਲਬ ਮਾੜਾ ਜਿਹਾ ਸ਼ੱਕ ਪੈਣ 'ਤੇ ਵੀ ਮਤਲਬ ਕਤਲ ਹੋ ਜਾਂਦੇ ਸੀ, ਲੁੱਟਾਂ ਖਵਾ ਹੋਈਆਂ, ਅਤੇ ਤੁਹਾਡੀ ਫੈਮਿਲੀ ਨੇ ਕੀ ਝੱਲਿਆ ਜਦੋਂ ਉੱਧਰੋਂ ਇੱਧਰ ਮਾਈਗ੍ਰੇਟ ਕੀਤੇ? ਜਦੋਂ 47 ਦਾ ਇਹ ਕਾਂਡ ਹੋਇਆ ਜੀ, ਜਿਵੇਂ ਸਾਡੇ ਗ੍ਰੈਂਡਫਾਦਰ ਜਾਂ ਮੇਰੇ ਫਾਦਰ ਸਾਹਿਬ ਦੱਸਦੇ ਹੁੰਦੇ ਸੀ, ਕਿਉਂਕਿ ਮੇਰੇ ਫਾਦਰ ਤਾਂ ਆਪ ਛੋਟੇ ਸੀਗੇ, ਹਾਂਜੀ 8-9 ਸਾਲ ਦੇ ਸੀ ਆਈ ਥਿੰਕ, ਅਤੇ ਉਹਨਾਂ ਦੇ ਦੱਸਣ ਮੁਤਾਬਕ ਤਾਂ ਇਹ ਸੀਗਾ ਵੀ ਇੱਕ ਵਾਰ ਤਾਂ ਰੌਲਾ ਪੈਂਦਾ ਹੀ ਹੈ ਵੀ ਹੱਲਾ ਪਏਗਾ, ਪਰ ਮੇਰੇ ਗ੍ਰੈਂਡਫਾਦਰ ਨੇ ਹੌਸਲਾ ਨਹੀਂ ਛੱਡਿਆ। ਉਹਨਾਂ ਨੇ ਆਪ ਦੇ ਜਿੰਨੇ ਪਿੰਡ ਵਾਲੇ ਆਲੇ ਦੁਆਲੇ ਪਿੰਡ ਸੀਗੇ ਸਾਡੇ, ਮਤਲਬ ਕਿ ਵਸਾਏ ਹੋਏ ਪਿੰਡ ਸੀਗੇ 4-5 ਪਿੰਡ, ਉਹ ਸਾਰੇ ਪਹਿਲਾਂ ਕੱਢੇ, ਮਤਲਬ ਪਹਿਲਾਂ ਉਹਨਾਂ ਨੂੰ ਸੇਫ, ਪਹਿਲਾਂ ਉਹਨਾਂ ਨੂੰ ਸੇਫ ਕੀਤਾ, ਬਾਅਦ ਦੇ ਵਿੱਚ ਮੇਰੇ ਗ੍ਰੈਂਡਫਾਦਰ ਨੇ ਉੱਥੋਂ ਪਿੱਛੋਂ, ਮਤਲਬ ਕਿ ਅੱਗੇ ਉਹ ਪਿੱਛੇ ਆਪ, ਫਿਰ ਆਏ ਹਾਂ ਅਸੀਂ, ਫਿਰ ਅਸੀਂ ਮੂਵ ਹੋਏ ਲਾਇਲਪੁਰ। ਲਾਇਲਪੁਰ ਤੋਂ ਸਾਡਾ ਪਿੰਡ 10 ਕਿਲੋਮੀਟਰ ਹੈ ਲਾਇਲਪੁਰ, ਫਿਰ ਇਹਨਾਂ ਨੇ ਰਾਜਾ ਸਾਹਿਬ ਨੇ, ਰਾਜਾ ਨਾਦਰ ਖਾਨ ਬੜੇ ਚਾਚਾ ਜੀ ਨੇ ਸਾਨੂੰ ਉੱਥੇ ਸ਼ੈਲਟਰ ਲਿਆ, ਸਾਂਭਿਆ ਵੀ ਨਹੀਂ ਕੁਛ ਹੋਣ ਦਿੰਦਾ ਮੈਂ, ਮਤਲਬ ਉਸ ਹਾਲਾਤ 'ਚ ਵੀ ਨਜ਼ਰਾਂ ਬਦਲੀਆਂ ਨਹੀਂ, ਦੂਸਰੇ ਬਿਲਕੁਲ ਨਹੀਂ ਬਦਲੀਆਂ ਜੀ, ਉਹ ਹੁਣ ਤੱਕ ਵੀ ਨਹੀਂ ਬਦਲੀਆਂ, ਉਸ ਫੈਮਿਲੀ ਦੀਆਂ ਨਜ਼ਰਾਂ ਸਾਡੇ ਪ੍ਰਤੀ ਉਵੇਂ ਨੇ ਜਿਵੇਂ ਪੁਰਾਣੇ ਸੀਗੇ। ਅਤੇ ਜਾਨੀ ਮਾਲੀ ਨੁਕਸਾਨ ਕੀ ਹੋਇਆ? ਜਾਨੀ ਮਾਲੀ ਉਹ ਤੋਂ ਅਸੀਂ, ਸਾਡਾ ਬਚਾ ਰਹਿ ਗਿਆ, ਉਹ ਤੋਂ ਸਾਡਾ ਤਾਂ ਬਚਾ ਰਹਿ ਗਿਆ, ਪਹਿਲਾਂ ਤਾਂ ਅਸੀਂ ਮੇਰੇ ਗ੍ਰੈਂਡਫਾਦਰ ਨੇ ਸਾਰੇ ਉਹ ਪਿੰਡ ਸੇਫ ਕੀਤੇ, ਕੋਈ ਹੱਲਾ ਨਹੀਂ ਹੁਣ ਤਾਂ। ਜਦੋਂ ਲਾਇਲਪੁਰ ਆ ਗਏ, ਲਾਇਲਪੁਰ ਹੋ ਗਈ ਡਿਵਰਸਨ, ਹੋ ਗਈ ਆਰਮੀ, ਹੋ ਗਈ ਉਹਨਾਂ ਦੀ, ਫਿਰ ਰਾਜਾ ਨਾਦਰ ਖਾਨ ਨੇ, ਇਹਨਾਂ ਦੀ ਅਪਰੋਚ ਬਹੁਤ ਵੱਡੀ ਸੀਗੀ ਚਾਚਾ ਜੀ ਦੀ, ਕਿਉਂਕਿ ਉਹ ਰੋਇਲ ਫੈਮਿਲੀ ਸੀਗੀ, ਉਹਨਾਂ ਨੇ ਵੀ ਫਿਰ ਸਾਨੂੰ ਸੇਫ ਕੀਤਾ ਉਹਦੇ ਰਾਹੀਂ, ਆਰਮੀ ਰਾਹੀਂ, ਆਰਮੀ ਨਾਲ ਹੀ ਸਾਨੂੰ ਇੱਥੇ ਇੰਡੀਆ ਭੇਜਿਆ, ਬਾਰਡਰ ਕਰੋਸ ਕਰਾਇਆ, ਬਾਰਡਰ ਕਰੋਸ ਕਰਾਇਆ। ਅਤੇ
ਜਦੋਂ ਇਸ ਤਰ੍ਹਾਂ ਦੇ ਪ੍ਰਬੰਧ ਨੇ ਜਿਹੜੇ ਤੁਹਾਨੂੰ ਮਤਲਬ ਮਿਲੇ ਤੁਹਾਡੀ ਫੈਮਿਲੀ ਨੂੰ, ਤਾਂ ਨਾਲ ਇੱਕ ਇਹ ਵੀ ਹੁੰਦਾ ਨਾ ਮਤਲਬ ਵੀ ਬਹੁਤ ਸਾਰੇ ਜਿਵੇਂ ਤੁਹਾਡੇ ਪਿੰਡ 'ਚ ਰਹਿੰਦੇ ਸੀ ਜਾਂ ਤੁਹਾਡੇ ਗ੍ਰੈਂਡਫਾਦਰ ਦੇ ਨੇੜਲੇ ਜਾਂ ਉਹਨਾਂ ਦੇ ਇੰਪਲਾਈ, ਉਹਨਾਂ ਨੂੰ ਵੀ ਬਹੁਤ ਸਾਰਿਆਂ ਨੂੰ ਮੌਕਾ ਮਿਲ ਗਿਆ ਹੁਣ ਵੀ ਸੇਫਲੀ ਇੱਧਰ ਆਉਣ ਦਾ। ਜੀ ਜੀ ਬਿਲਕੁਲ ਬਿਲਕੁਲ, ਬਹੁਤ ਲਿਆਉਂਦੇ ਨੇ ਸੇਫ, ਜਿਹੜੇ ਹਜੇ ਵੀ ਇੱਕ ਦੋ ਪਿੰਡ ਹੈਗੇ ਆ ਇੱਥੇ, ਕੁਛ ਤਾਂ ਮਾਈਗ੍ਰੇਟ ਕਰਕੇ ਕੋਈ ਕਿੱਧਰ ਨੂੰ ਕਰ ਗਿਆ, ਕੁਛ ਮਿਲੇ ਨਹੀਂ ਕੁਛ, ਕਿਉਂਕਿ ਨਵੀਂ ਜਨਰੇਸ਼ਨ ਆ ਗਈ। ਹਾਂਜੀ ਠੀਕ ਹੈ ਨਾ ਜੀ, ਪੁਰਾਣੀ ਜਨਰੇਸ਼ਨ ਤਾਂ ਅਸੀਂ ਜਾਣਦੇ ਹਾਂ, ਕੁਛ ਜਿਹੜੀ ਨਵੀਂ ਆ ਗਈ ਉਹ ਸਾਨੂੰ ਨਹੀਂ ਜਾਣਦੀ। 75 ਸਾਲਾਂ 'ਚ 3 ਪੀੜ੍ਹੀਆਂ ਬਦਲ ਜਾਂਦੀਆਂ, ਕੁਛ ਹਜੇ ਵੀ ਸਾਨੂੰ ਜਿੱਥੋਂ ਪਤਾ ਲੱਗ ਜਾਂਦਾ ਜਾਂ ਸਾਡਾ ਐਕਚੁਅਲ ਗੋਤ ਆ, ਸਾਡਾ ਪੰਧੇਰ ਹੈ ਲਹਿਲ ਦੇ ਨਾਂ ਨਾਲ ਅਸੀਂ ਜਾਣੇ ਜਾਂਦੇ ਹਾਂ, ਉਹ ਉਸ ਕਰਕੇ ਜਿਹੜੇ ਹੁਣ ਕੋਈ ਹੈਗੇ ਆ ਪੁਰਾਣੇ ਬਜ਼ੁਰਗ, ਉਹ ਦੱਸ ਦਿੰਦੇ ਆ ਆਪਣੀ ਅਗਲੀ ਜਨਰੇਸ਼ਨ ਨੂੰ ਵੀ ਭਾਈ ਇਹ ਫਲਾਣੇ ਬੰਦੇ ਆ। ਅਤੇ ਜਿਹੜਾ ਲਹਿਲ ਆਏ ਤੁਸੀਂ ਮਤਲਬ ਹੁਣ ਵੀ ਲਾਇਆ ਹੈ ਨਾ, ਤੁਹਾਡੇ ਬੱਚੇ ਵੀ ਲਾਉਂਦੇ ਨੇ, ਮਤਲਬ ਚੌਥੀ ਪੀੜ੍ਹੀ ਤੱਕ ਆ ਗਿਆ, ਮਤਲਬ ਇਹ ਤੁਹਾਡਾ ਪਿਆਰ ਹੈ ਉਸ ਪਿੰਡ ਨਾਲ, ਇਸ ਕਰਕੇ ਲਾਉਂਦੇ? ਬਿਲਕੁਲ ਜੀ ਬਿਲਕੁਲ ਬਿਲਕੁਲ, ਉਸ ਦੋ ਪਿੰਡਾਂ ਨਾਲ ਸਾਡਾ ਪਿਆਰ ਹੈ, ਇੱਕ ਸਾਡਾ ਜਿਹੜਾ ਲਹਿਲ ਪਿੰਡ ਰਾੜਾ ਸਾਹਿਬ ਦੀ ਬੈਕ ਸਾਈਡ 'ਤੇ ਹੈ, ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਪੈਂਦਾ ਪਹਿਲਾ ਪਿੰਡ ਸਾਡਾ, ਦੂਸਰਾ ਜਿਹੜਾ ਮੇਰੇ ਗ੍ਰੈਂਡਫਾਦਰ ਪੜਦਾਦਾ ਜੀ ਨੇ ਵਸਾਇਆ, ਸਰਦਾਰ ਜੀਵਾ ਸਿੰਘ ਅਤੇ ਸਰਦਾਰ ਅਮਰ ਸਿੰਘ ਲਹਿਲ ਉਹਨਾਂ ਨੇ, ਉਹ ਉਹਦੇ ਨਾਲ ਤਾਂ ਫਿਰ ਯਾਦਾਂ ਹੀ ਬਹੁਤ ਜੁੜੀਆਂ ਹੋਈਆਂ ਨੇ ਨਾ। ਬਿਲਕੁਲ, ਮਤਲਬ ਇਸੇ ਕਰਕੇ ਉਹਨਾਂ ਨੇ ਉੱਥੇ ਵੀ ਉਸ ਪਿੰਡ ਦਾ ਨਾਮ ਲਹਿਲ ਰੱਖਿਆ, ਅਤੇ ਫਿਰ ਉਹਨੂੰ ਤੁਸੀਂ ਮਤਲਬ ਚੌਥੀ ਪੀੜ੍ਹੀ ਤੱਕ ਹੁਣ ਕੰਟੀਨਿਊ ਕਰ ਰਹੇ ਹੋ? ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ, ਇਹ ਕੰਟੀਨਿਊ ਸਦਾ ਹੀ ਰਹਿਣਾ ਜੀ, ਇਹ ਰਹਿੰਦੀ ਦੁਨੀਆ ਤੱਕ ਐਂ ਹੀ ਰਹੂਗਾ। ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਇੱਧਰ ਮਾਈਗ੍ਰੇਟ ਕਰ ਗਏ ਤੁਹਾਡੀ ਫੈਮਿਲੀ, ਫਿਰ ਮਤਲਬ ਅੱਗੇ ਕੀ ਹੋਇਆ? ਅੱਗੇ ਮੇਰੇ ਗ੍ਰੈਂਡਫਾਦਰ ਦੇ ਲਿੰਕ ਤਾਂ ਸੀਗੇ ਮਹਾਰਾਜ ਜੀ ਨਾਲ, ਆਉਂਦੇ ਜਾਂਦੇ ਸੀਗੇ ਇੱਥੇ, ਉਹ ਤੁਹਾਨੂੰ ਦਿਖਾਏ ਨੇ ਕੁਛ ਡਾਕੂਮੈਂਟਸ ਵਗੈਰਾ, ਅਤੇ ਫਿਰ ਇਹ ਮਹਾਰਾਜ ਜੀ ਨੂੰ ਜਦੋਂ ਪਤਾ ਲੱਗਿਆ ਵੀ ਫੈਮਿਲੀ ਮਾਈਗ੍ਰੇਟ ਕਰ ਗਈ, ਤਾਂ ਫਿਰ ਇਹ ਖੁਦ ਆਪ ਲੈ ਕੇ ਆਏ ਸੀ ਸਾਨੂੰ ਸੰਗਰੂਰ ਦੇ ਵਿੱਚ। ਸੰਗਰੂਰ ਉਦੋਂ ਰਿਆਸਤ ਸੀ? ਰਿਆਸਤ ਜੀਨ ਸੀ, ਰਿਆਸਤ ਜੀਨ ਸੀ, ਜੀਨ ਸੀ, ਇਹ ਉਹਦੀ ਕੈਪੀਟਲ ਸੀ ਸੰਗਰੂਰ? ਹਾਂ ਇਹ ਕੈਪੀਟਲ ਸੀ, ਇਹ ਸੰਗਰੂਰ ਦੇ ਵਿੱਚ ਮਾਈਗ੍ਰੇਟ ਹੋ ਗਏ ਫਿਰ, ਕਿਉਂਕਿ ਮੇਰੇ ਗ੍ਰੈਂਡਫਾਦਰ ਕੁੱਤੇ ਦੌੜਾਉਣ ਦੇ ਬੜੇ ਸ਼ੌਕੀਨ ਸੀ, ਘੋੜੇ ਤਾਂ ਅਸੀਂ ਫਿਰ ਪਾਕਿਸਤਾਨ 'ਚ ਛੱਡਿਆ ਹੀ ਨਾ, ਕਿਉਂਕਿ ਇੱਥੇ ਤੱਕ ਬਹੁਤ ਕੁਛ ਖੋ ਵੀ ਦਿੱਤਾ, ਹੋਇਆ ਵੀ ਬੜਾ ਕੁਛ। ਜਿਹੜੀ ਮੇਰੇ ਗ੍ਰੈਂਡਫਾਦਰ ਦੀ ਸਭ ਤੋਂ ਫੇਵਰੇਟ ਘੋੜੀ ਸੀਗੀ ਚਿੱਟੇ ਰੰਗ ਦੀ, ਜਿਨ੍ਹਾਂ ਨੇ ਜਾਨ ਮਾਲ ਦੀ ਰਾਖੀ ਕੀਤੀ ਸੀ ਉਸ ਘੋੜੀ ਨੇ, ਉਹ ਅੱਜ ਵੀ ਮੇਰੀਆਂ ਨਜ਼ਰਾਂ ਦੇ ਵਿੱਚ, ਪਤਾ ਨਹੀਂ ਮੈਂ ਦੇਖੀ ਤਾਂ ਨਹੀਂ, ਖੈਰ ਮੈਨੂੰ ਇੰਨਾ ਯਾਦ ਹੈ ਵੀ ਅਸੀਂ ਛੋਟੇ ਛੋਟੇ ਸੀ ਜਦੋਂ ਉਹ ਮਰੀ ਸੀ ਪਾਕਿਸਤਾਨ ਦੇ ਵਿੱਚ, ਮੇਰੇ ਗ੍ਰੈਂਡਫਾਦਰ ਹੋਏ ਸੀ। ਅੱਛਾ, ਉੱਥੇ ਰਹਿ ਗਈ ਸੀ ਉਹ? ਛੱਡ ਕੇ ਆ ਗਏ ਸੀ। ਜਦੋਂ ਮਾਈਗ੍ਰੇਸ਼ਨ ਹੋਈ ਹੈ ਨਾ ਜੀ ਐਕਚੁਅਲ ਦੇ ਵਿੱਚ, ਜਦੋਂ ਸਾਰੇ ਪਿੰਡ ਕੱਢ ਲਏ ਸੀ, ਮੇਰੇ ਗ੍ਰੈਂਡਫਾਦਰ ਪਿੱਛੇ ਰਹਿ ਗਏ ਸੀ, ਤਾਂ ਕੁਛ ਪਿੰਡ ਦੇ ਲੋਕ ਤੁਹਾਨੂੰ ਪਤਾ ਇਹੋ ਜਿਹੇ ਕੁਛ ਹੁੰਦੇ ਹੀ ਨੇ, ਉਹਨਾਂ ਨੇ ਫਿਰ ਇਹ ਸੋਚ ਲਿਆ ਵੀ ਅਮਰ ਸਿੰਘ ਲਹਿਲ ਨੂੰ ਸੁੱਕਾ ਨਹੀਂ ਜਾਣ ਦੇਣਾ, ਮਾਰ ਦੇਣਾ ਇੱਥੇ, ਕਿਉਂਕਿ ਰਾਇਲ ਦੇ ਵਿੱਚ ਆ ਗਈ, ਰਾਇਲ ਫੈਮਿਲੀ ਦੇ ਵਿੱਚ ਮਸ਼ਹੂਰ ਸੀਗੇ। ਉਸ ਤੋਂ ਬਾਅਦ ਉੱਥੇ ਮੈਂ ਤਾਂ ਘਰ ਦੇਖਿਆ ਸੂਆ, ਹੁਣ ਤਾਂ ਪਤਾ ਨਹੀਂ ਉਹਦੀ ਕੀ ਪੁਜੀਸ਼ਨ ਹੋਣੀ ਹੈ, ਉਸ ਟਾਈਮ ਸਾਨੂੰ 88 ਦੇ ਵਿੱਚ ਦਿਖਾਇਆ ਗਿਆ ਸੀਗਾ ਉਹ ਸੂਆ, ਫਿਰ ਮੇਰੇ ਗ੍ਰੈਂਡਫਾਦਰ ਨੇ ਵੀ ਭੰਪ ਲਿਆ ਸੀ, ਇਹਨਾਂ ਨੇ ਸੂਆ ਤੋੜਤਾ ਸੀ ਵੀ ਲੰਘਣ ਨਾ ਜਾਵੇ, ਉਹ ਸੂਆ ਜਦੋਂ ਤੋੜਿਆ ਜੀ, ਫਿਰ ਤੋੜ ਕੇ ਸੂਆ, ਫਿਰ ਮੇਰੇ ਗ੍ਰੈਂਡਫਾਦਰ ਆਪ ਨਿੱਜੇਬਾਜ਼ੀ ਦੇ ਸ਼ੌਕੀਨ ਸੀ, ਘੋੜੇ ਘੋੜੇ ਭੱਜ ਦੜਾਉਂਦੇ ਸੀਗੇ, ਫਿਰ ਮੇਰੇ ਗ੍ਰੈਂਡਫਾਦਰ ਨੇ ਆਪ ਦੀ ਘੋੜੀ ਨੂੰ ਦੜਾਇਆ, ਅਤੇ ਫਿਰ ਉਸ ਵਾਈਟ ਘੋੜੀ ਨੇ ਜੰਪ ਕਰਕੇ ਸੂਆ ਕ੍ਰੋਸ ਕਰਾ ਕੇ ਲਾਈਫ ਬਚਾਈ, ਮਤਲਬ ਜਿਵੇਂ ਆਪਾਂ ਫਿਲਮਾਂ 'ਚ ਦੇਖਦੇ ਉਹ ਫਿਰ ਬਚ ਕੇ, ਫਿਰ ਪਹਿਲਾਂ ਪਿੰਡ ਤਾਂ ਪਹਿਲਾਂ ਹੀ ਕੱਢ ਲਏ ਸੀ, ਫਿਰ ਮੇਰੇ ਗ੍ਰੈਂਡਫਾਦਰ ਲੈਲਪੁਰ ਪਹੁੰਚੇ ਜਾ ਕੇ, ਫਿਰ ਸਾਰੇ ਸਿਕਿਓਰ ਹੋਏ, ਫਿਰ ਉਹ ਘੋੜੀ ਰਾਜਾ ਨਾਦਰ ਖਾਨ ਜੀ ਚਾਚਾ ਜੀ ਨੂੰ ਬੜਿਆਂ ਨੂੰ ਗਿਫਟ ਕਰੇ ਆਏ ਸੀ ਵੀ ਇਹ ਹੁਣ ਤੁਹਾਡੇ ਕੋਲ ਹੀ ਰਹੂਗੀ, ਮੈਨੂੰ ਲਿਜਾਣਾ ਕਰਨਾ ਬਹੁਤ ਔਖਾ ਆ। ਫਿਰ ਉੱਥੇ ਉਹਨਾਂ ਕੋਲ ਰਹੀ, ਉੱਥੇ ਹੀ ਉਹ ਮਰੀ। ਇਹ ਆਈ ਥਿੰਕ ਮੇਰਾ ਖਿਆਲ ਗੱਲਾਂ ਹੋਣੀ ਹੈ 71 ਤੋਂ ਪਹਿਲਾਂ ਦੀ, 71 ਦੇ ਨੀਅਰ ਅਬਾਊਟ ਹੋਣਗੀਆਂ, ਮਤਲਬ ਤੁਹਾਡੇ ਉਹ ਯਾਦ ਹੈ ਉਹ ਚੀਜ਼? ਹਾਂ ਮੈਨੂੰ ਯਾਦ ਹੋਈ ਤਾਂ ਫਿਰ ਬਿਲਕੁਲ ਯਾਦ ਹੈ, ਹੋ ਸਕਦਾ ਇਦੋਂ ਪਹਿਲਾਂ ਥੋੜ੍ਹੀ, ਮੈਨੂੰ ਮੇਰਾ 66 ਹੈ, ਮੈਂ ਤਾਂ ਛੋਟਾ ਜਿਹਾ ਸੀ। ਹੋਰ ਕਿਹੜੀਆਂ ਗੱਲਾਂ ਸੀ ਜਿਹੜੀਆਂ ਉਹ ਕਰਦੇ ਸੀ ਤੁਹਾਡੇ ਗ੍ਰੈਂਡਫਾਦਰ ਜਾਂ ਫਾਦਰ, ਕਿਉਂਕਿ ਉਹਨਾਂ ਦੇ ਤਾਂ ਪੂਰੀਆਂ ਹੀ ਮੈਮਰੀਜ਼ ਉੱਥੇ ਨਾਲ ਜੁੜੀਆਂ ਹੋਈਆਂ ਸੀ? ਬਿਲਕੁਲ ਜੀ, ਜੁੜੀਆਂ ਹੋਈਆਂ ਸੀ, ਕੁਛ ਦੋਸਤ ਸੀ ਉਹਨਾਂ ਦੇ, ਜਿਵੇਂ ਰਾਜਾ ਸਾਹਿਬ ਦੇ ਜਿਹੜੇ, ਰਾਜਾ ਨਾਦਰ ਖਾਨ ਦੇ ਜਿਹੜੇ ਵਿਚਲੇ ਬੇਟੇ ਨੇ ਰਾਜਾ ਔਰੰਗਜ਼ੇਬ ਖਾਨ, ਜਿਹੜੇ ਅਮਰੀਕਾ ਦੇ ਵੀ ਦੱਸਿਆ ਤੁਹਾਨੂੰ, ਉਹ ਮੇਰੇ ਫਾਦਰ ਦੇ ਬਹੁਤ ਜ਼ਿਆਦਾ ਕਲੋਜ਼ ਫਰੈਂਡ ਸੀ। ਇਹਨਾਂ ਦੀਆਂ ਚਾਚਾ ਜੀ ਦੀਆਂ ਜਿਹੜੀਆਂ ਬੇਟੀਆਂ ਸੀਗੀਆਂ, ਮਤਲਬ ਕਿ ਔਰੰਗਜ਼ੇਬ ਚਾਚਾ ਜੀ ਦੀ ਸਿਸਟਰ ਨੇ ਜਿਹੜੇ, ਸਭ ਤੋਂ ਛੋਟੇ ਜਿਹੜੇ, ਅਸੀਂ ਅੱਜ ਵੀ ਭੂਆ ਜੀ ਕਹਿ ਕੇ ਬੁਲਾਉਂਦੇ ਹਾਂ ਉਹਨਾਂ ਨੂੰ, ਗੁੱਡੋ ਭੂਆ ਜੀ। ਮੈਨੂੰ ਤਾਂ ਯਾਦ ਹੈ ਦੋ ਸਿਸਟਰ ਹੋਰ ਸੀ, ਉਹਨਾਂ ਦੇ ਇੱਕ ਦੇ ਬੇਟੇ ਨਾਲ ਤਾਂ ਮੇਰੀ ਜਸਟ
ਥੋੜ੍ਹੇ ਦਿਨਾਂ ਤੋਂ ਹੀ ਪਤਾ ਲੱਗਿਆ ਵੀ ਉਹ ਨੇ ਇਹ ਮੁਲਾਕਾਤ ਹੋਈ ਹੈ ਭੂਆ ਜੀ ਦੇ ਬੇਟੇ ਨਾਲ। ਹਾਂਜੀ ਬੜਿਆਂ ਨਾਲ, ਬੜੇ ਭੂਆ ਜੀ ਜਿਹੜੇ ਉਹਨਾਂ ਨਾਂ ਨਹੀਂ ਮੈਨੂੰ ਐਗਜੈਕਟ ਯਾਦ, ਛੋਟੇ ਦਾ ਮੈਨੂੰ ਯਾਦ ਆ ਗੁੱਡੋ, ਉਹ ਮੇਰੇ ਫਾਦਰ ਉਹਨਾਂ ਨੂੰ ਬਹੁਤ ਪਿਆਰ ਕਰਦੇ ਸੀ ਕਿਉਂਕਿ ਉਹ ਆਲਰੇਡੀ ਛੋਟੇ ਸੀ, ਉਹ ਵੀ ਬਹੁਤ ਪਿਆਰ ਕਰਦੇ ਸੀ ਮੇਰੇ ਫਾਦਰ ਨੂੰ। ਉਹ ਕੁਛ ਯਾਦਾਂ ਹੈਗੀਆਂ ਜਿਹੜੀਆਂ ਜੁੜੀਆਂ ਹੋਈਆਂ, ਜਿਹੜੀਆਂ ਸੁਣਦੇ ਹੁੰਦੇ ਸੀ ਕਿਉਂਕਿ ਅਸੀਂ ਵੀ 88 ਦੇ ਵਿੱਚ ਉਹਨਾਂ ਨੂੰ ਮਿਲੇ ਹਾਂ ਜੀ। ਮਤਲਬ ਬਹੁਤ ਸਾਰੀਆਂ ਸਟੋਰੀਆਂ ਸੀ, ਮਤਲਬ ਜਦੋਂ ਅਸੀਂ ਕਰਦੇ ਹਾਂ 47 'ਤੇ ਤਾਂ ਮਤਲਬ ਆਮ ਲੋਕਾਂ ਦਾ ਜ਼ਿਆਦਾਤਰ ਇਹੀ ਹੁੰਦਾ ਵੀ ਯਾਰ ਉਦੋਂ ਜਿਹੜੇ ਸੀ ਲੁੱਟ ਖੋਹ ਵਾਲੇ ਜ਼ਿਆਦਾ ਸੀਗੇ, ਪਰ ਲੋਕਾਂ ਦਾ ਆਪਸ 'ਚ ਉਵੇਂ ਕੋਈ ਫਰਕ ਨਹੀਂ ਸੀਗਾ। ਪਰ ਇਹ ਬਹੁਤ ਘੱਟ ਸੁਣਨ ਨੂੰ ਮਿਲਦਾ ਵੀ ਮਤਲਬ ਹੁਣ ਤੱਕ ਵੀ ਉਵੇਂ, ਮਤਲਬ ਬਹੁਤ ਘੱਟ ਫੈਮਿਲੀਆਂ ਨੇ ਜਿਨ੍ਹਾਂ ਦੇ ਇੰਨੇ ਸਾਲਾਂ ਬਾਅਦ ਵੀ ਲਿੰਕ ਨੇ ਆਪਸ 'ਚ। ਸਾਡੇ ਤਾਂ ਜੀ ਬਾਬੇ ਨਾਨਕ ਦੀ ਕਿਰਪਾ ਜੀ, ਇਸ ਤਾਂ ਉਵੇਂ ਉਹ ਬਹੁਤ ਹੁਣ ਵੀ ਜਸਟ ਕੁਛ ਮੇਰੇ ਰਿਲੇਟਿਵ ਜਾ ਕੇ ਆਏ ਨੇ ਜੀ ਉੱਥੇ ਕਰਤਾਰਪੁਰ ਸਾਹਿਬ, ਮੈਂ ਉਹਨਾਂ ਨੂੰ ਮੈਸੇਜ ਕੀਤਾ, ਮੈਂ ਕਿਹਾ ਵੀ ਇਸ ਤਰ੍ਹਾਂ ਆ ਰਹੇ ਨੇ ਆਪਣੇ ਫਲਾਣੇ ਬੰਦੇ, ਵੀ ਜਾ ਕੇ ਤੁਸੀਂ ਮਿਲ ਕੇ ਆਪਣੇ ਰਿਸ਼ਤੇਦਾਰ ਨੇ। ਉਹ ਵਿਚਾਰੇ ਤੁਸੀਂ ਯਕੀਨ ਕਰਿਓ ਕਿ ਉਹਨਾਂ ਨੇ ਇੰਨੀ ਗੱਲ 'ਤੇ ਹੀ ਸਾਰੀ ਫੈਮਿਲੀ ਜਾ ਕੇ ਮਿਲ ਕੇ ਆਈ, ਔਰ ਉਹਨਾਂ ਨੇ ਇੱਕ ਜ਼ਰੀਆ ਦੇਖਿਆ ਜਾ ਕੇ ਵੀ ਜਿਹੜਾ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਹੈ, ਵੀ ਉਹ ਦਰਸ਼ਨ ਕਰਨ ਨਾਲ ਇੱਕ ਵਿਛੜੇ ਹੋਏ ਫੈਮਿਲੀਜ਼ ਮਿਲਦੀਆਂ ਨੇ ਬਹੁਤ ਸਾਰੇ ਲੋਕਾਂ ਨੂੰ, ਬਹੁਤ ਸਾਰੇ ਲੋਕਾਂ ਨੂੰ ਉਹ ਬੜੀ ਇੱਕ ਮੈਨੂੰ ਤਾਂ ਲੱਗਦਾ ਵੀ ਬਹੁਤ ਹੀ ਕਿਰਪਾ ਹੋਈ ਹੈ ਵੀ ਜਿਹੜੇ ਉੱਥੇ ਲੋਕ ਮਿਲਦੇ ਨੇ। ਫਿਰ ਉਹ ਮਿਲੇ ਸਾਰੇ ਬੜੇ ਖੁਸ਼ ਹੋਏ, ਉਵੇਂ ਕੁਛ ਜ਼ਿਆਦਾ ਤਾਂ ਰਹੀ ਜਾਂਦੀਆਂ ਨੇ ਨਾ ਜਿਹੜੀਆਂ ਨਹੀਂ ਭੁਲਾਈਆਂ ਜਾ ਸਕਦੀਆਂ। ਹੁਣ ਅਸੀਂ ਤਾਂ 88 ਦੇ ਵਿੱਚ ਸਾਰਾ ਕੁਝ ਦੇਖਿਆ, 88 ਦੇ ਵਿੱਚ ਆਪਣਾ ਘਰ ਵੀ ਦੇਖ ਕੇ ਆਏ ਹਾਂ। 88 ਦੇਖੋ ਲਹਿਲ ਪਿੰਡ ਆ ਨਾ, ਕਿੱਡਾ ਮਸ਼ਹੂਰ ਹੋਇਆ ਉੱਥੇ ਦਾ, ਜਿਹੜਾ ਅੱਜ ਵੀ ਮਸ਼ਹੂਰ ਹੈ। ਅਤੇ ਫਿਰ ਰਿਲੇਟਡ ਲਾ ਲਓ, ਤੁਸੀਂ ਯਕੀਨ ਮੰਨਿਓ ਅਸੀਂ ਤੁਰੇ ਜਾਣਾ ਮਾਰਕੀਟ ਦੇ ਵਿੱਚ ਲੈਲਪੁਰ ਦੇ ਫੈਸਲਾਬਾਦ ਦੇ ਵਿੱਚ, ਜਿਹਨੂੰ ਤੁਸੀਂ ਦੇਖਿਆ ਹੀ ਹੋਣਾ ਅੱਜ ਕੱਲ੍ਹ ਉਹ ਇਹਦੀ ਮੇਨ ਹੱਬ ਦੇ ਵਿੱਚ ਘੰਟਾ ਘਰ ਹੈ ਇੱਕ ਜੀ। ਤੁਸੀਂ ਫੈਸਲਾਬਾਦ ਦੀ ਹਿਸਟਰੀ ਕੱਢੋ, ਉਹਦੇ ਘੰਟਾ ਘਰ ਆ। ਉੱਥੋਂ ਜਦੋਂ ਅਸੀਂ ਨਿਕਲਣਾ ਤੁਰ ਕੇ ਆਉਣਾ, ਅਤੇ ਜਦੋਂ ਦੱਸਣਾ ਵੀ ਕਿਸੇ ਨੇ ਪੁੱਛਣਾ ਵੀ ਕੌਣ ਨੇ, ਦਸਤਾਰਾਂ ਸਜੀਆਂ ਹੁੰਦੀਆਂ, ਪੱਗਾਂ ਪੁੱਗਾਂ ਬੰਨੀਆਂ ਹੁੰਦੀਆਂ, ਅਤੇ ਉਹਨਾਂ ਨੇ ਕਹਿਣਾ ਵੀ ਇਹ ਸਰਦਾਰ ਅਮਰ ਸਿੰਘ ਲਹਿਲ ਦੇ ਪੋਤੇ ਆਏ ਆ, ਮੈਂ ਤਾਂ ਮੇਰੇ ਬੜਾ ਬਰਦਰ ਹੁੰਦੇ। ਅਤੇ ਅਸੀਂ ਤੁਰੇ ਜਾਣਾ ਤਾਂ ਬੰਦਿਆਂ ਨੇ ਸਾਨੂੰ ਆ ਕੇ ਪਿੱਛੋਂ ਬੁਲਾਉਣਾ, ਅਸੀਂ ਕਹਿਣਾ ਵੀ ਦੱਸੋ ਕੀ ਗੱਲ ਹੈ, ਵੀ ਉਹ ਕਹਿੰਦੇ ਜੀ ਫਲਾਨੀ ਦੁਕਾਨ ਵਾਲਾ ਤੁਹਾਨੂੰ ਯਾਦ ਕਰ ਰਿਹਾ, ਵੀ ਤੁਹਾਡੇ ਗ੍ਰੈਂਡਫਾਦਰ ਦਾ ਦੋਸਤ ਸੀ ਤੁਸੀਂ। ਈਵਨ ਇੱਕ ਮੈਂ ਤੁਹਾਨੂੰ ਮੇਰੇ ਨਾਲ ਇੱਕ ਕਿੱਸਾ ਯਾਦ ਹੈ ਮੈਨੂੰ, ਉਹ ਨਹੀਂ ਮੈਂ ਭੁੱਲਦਾ, ਉਹ ਕਿੱਸਾ ਸੀਗਾ ਆਪਣਾ ਖੱਲਾਂ ਨਹੀਂ ਵੇਚਦੇ ਹੁੰਦੇ ਵਪਾਰੀ ਆ ਜਾਂ ਡੰਗਰਾਂ ਦੀਆਂ, ਉਹਦਾ ਇੱਕ ਬੜਾ ਤਕੜਾ ਸ਼ੋਰੂਮ ਦੁਕਾਨ ਟਾਈਪ ਸੀਗਾ। ਉੱਥੇ ਅਸੀਂ ਨੰਗੇ ਆਏ ਤਾਂ ਉਦੋਂ ਪਿੱਛੋਂ ਇੱਕ ਸਾਨੂੰ ਬੰਦਾ ਆ ਕੇ ਕਹਿੰਦਾ ਜੀ ਤੁਹਾਨੂੰ, ਤੁਸੀਂ ਅਮਰ ਸਿੰਘ ਲਹਿਲ ਦੇ ਪੋਤੇ ਹੋ, ਮੇਰੇ ਚਾਚਾ ਜੀ ਦੇ ਉੱਥੇ ਸੈਕਟਰੀ ਵਗੈਰਾ ਨਾਲ ਸੀਗੇ ਰਾਜਾ ਨਾਦਰ ਪ੍ਰਵੇਸ਼ ਜੀ ਦੇ, ਅਤੇ ਸਾਰਿਆਂ ਨੇ ਜੇ ਦੱਸਿਆ ਸੀ ਕਿਹਾ ਵੀ ਯਾਰ ਮਿਲੀਏ, ਮਿਲਣਾ ਜ਼ਰੂਰ ਹੈ, ਵੀ ਕਿੰਨੇ ਪਿਆਰ ਨਾਲ ਸਾਨੂੰ ਉਹਨੇ ਬੁਲਾਇਆ। ਅਸੀਂ ਗਏ ਜੀ ਉਹਦੇ ਕੋਲ, ਹੁਣ ਤੁਹਾਨੂੰ ਪਤਾ ਵੀ ਖੱਲਾਂ ਖੁੱਲਾਂ ਰੱਖੀਆਂ ਹੁੰਦੀਆਂ, ਥੋੜ੍ਹੀ ਸਮੈਲ ਮਿਲਦਾ, ਅਸੀਂ ਬਿਲਕੁਲ ਉਸਨੂੰ ਭੁੱਲ ਗਏ। ਉਹਨੇ ਇੰਨੀ ਸਾਡੀ ਇੱਜ਼ਤ ਕੀਤੀ, ਅਤੇ ਮੈਂ ਪੁੱਛੋ ਕੁਛ ਨਾ, ਮਤਲਬ ਜਦੋਂ ਉਹ ਇਸ ਪੋਜੀਸ਼ਨ 'ਤੇ ਸੀ, ਸੱਤਾ 'ਚ ਸੀ, ਉਦੋਂ ਤਾਂ ਚਲੋ ਆਪਾਂ ਇਹ ਵੀ ਮੰਨ ਸਕਦੇ ਹਾਂ ਵੀ ਸੱਤਾ ਵਾਲੇ ਬੰਦੇ ਨੂੰ ਮਤਲਬ ਸਲਾਮ ਹਰੇਕ ਕਰਦਾ, ਪਰ ਜਦੋਂ ਤੁਸੀਂ ਇੱਧਰ ਆ ਗਏ ਇੰਨੇ ਸਾਲਾਂ ਬਾਅਦ, ਮਤਲਬ ਤੁਸੀਂ ਮਤਲਬ 88 'ਚ ਗਏ ਸੀ, 88 'ਚ ਮਤਲਬ ਉਦੋਂ ਤਾਂ ਉਹਨਾਂ ਦੀ ਕੋਈ ਮਜਬੂਰੀ ਨਹੀਂ ਸੀ, ਉਹਨਾਂ ਨੂੰ ਮਤਲਬ ਅਟੈਚਮੈਂਟ ਸੀ ਤਾਂ ਹੀ, ਅਟੈਚਮੈਂਟ ਬਹੁਤ ਸੀਗੀ ਜੀ ਸਾਨੂੰ, ਬੜੇ ਬੰਦੇ ਮਿਲਦੇ ਸੀ ਪਿੱਛੋਂ ਆ ਕੇ, ਮੇਰੇ ਕੋਲ ਤਾਂ ਲੈਟਰਸ ਵੀ ਆਉਂਦੀਆਂ ਰਹੀਆਂ ਨੇ ਪੁਰਾਣੇ ਬੰਦਿਆਂ ਦੀਆਂ। ਅੱਛਾ, ਤੁਹਾਡੇ ਤੱਕ ਵੀ ਆਉਂਦੀਆਂ ਰਹੀਆਂ? ਮੇਰੇ ਤੱਕ ਆਉਂਦੀਆਂ ਰਹੀਆਂ ਨੇ ਜੀ, ਫਿਰ ਕੁਛ ਸਮੇਂ ਬਾਅਦ ਜਦੋਂ ਉਹ ਫੌਤ ਹੋ ਗਏ ਫਿਰ ਕਿਹਨੇ ਆਉਣੀਆਂ, ਬੱਚੇ ਹੋ ਗਏ ਉਹਨਾਂ ਦੇ, ਮੇਰੇ ਕੋਲ ਲੈਟਰਸ ਵੀ ਪਈਆਂ ਨੇ ਉਰਦੂ 'ਚ ਲਿਖੀਆਂ ਹੋਈਆਂ। ਅਸੀਂ ਵੀ ਗੁਆਂਢੀਆਂ ਤੋਂ ਪੜ੍ਹਾਉਂਦੇ ਹੁੰਦੇ ਜਿਹੜੇ ਪੁਰਾਣੇ ਬੰਦੇ ਸੀ, ਵੀ ਦੱਸਿਓ ਜੀ ਕੀ ਹੈ ਇਹ। ਹਾਂਜੀ, ਕਿਉਂਕਿ ਪੁਰਾਣੇ ਬਜ਼ੁਰਗਾਂ ਨੂੰ ਉਰਦੂ ਹੀ ਆਉਂਦੀ ਸੀ, ਇੱਧਰ ਵੀ ਆਪਣੇ ਬਜ਼ੁਰਗਾਂ ਨੂੰ। ਹਾਂਜੀ ਹਾਂਜੀ, ਉਰਦੂ ਦੇ ਅਖਬਾਰੀ ਬੜਾ ਕੁਛ ਗੱਲਾਂ ਯਾਦ ਕਰਕੇ ਬੜਾ ਇਮੋਸ਼ਨਲ ਜਿਹਾ ਹੋ ਜਾਂਦਾ ਵੀ ਹੈ ਨਾ, ਉਦੋਂ ਜਾ ਕੇ ਦੇਖਿਆ। ਅੱਜ ਵੀ ਬੜਾ ਜੀ ਕਰਦਾ ਵੀ ਜਾਈਏ, ਚੱਲੀਏ ਆਪਣੇ ਬੱਚਿਆਂ ਨੂੰ ਦਿਖਾਈਏ ਵੀ ਸਾਡੀ ਬੈਕਗਰਾਊਂਡ ਕੀ ਸੀ, ਕਿੱਥੋਂ ਚੱਲ ਕੇ ਕਿੱਥੇ ਆਏ, ਕਿਵੇਂ ਪਹੁੰਚ ਸੀ। ਬਿਲਕੁਲ, ਮਤਲਬ ਆਪਾਂ ਜੇ ਆਪਾਂ ਇਹਨੂੰ ਐਂ ਕਹੀਏ ਵੀ ਇਹ ਹਰ ਪੰਜਾਬੀ ਦਾ ਸੁਪਨਾ ਹੈ ਵੀ ਚਾਹੇ ਹੁਣ ਇਹ ਮੁਲਕ ਅੱਡ ਬਣ ਗਏ, ਉਹ ਤਾਂ ਚਲੋ ਜੋ ਹੋ ਗਿਆ ਹੋ ਗਿਆ, ਇਹ ਘੱਟੋ ਘੱਟ ਵੀਜ਼ਾ ਸਿਸਟਮ ਆ ਜਿਹੜਾ ਈਜ਼ੀ ਹੋ ਜਾਵੇ। ਬਿਲਕੁਲ ਜੀ, ਵੀਜ਼ਾ ਸਿਸਟਮ ਈਜ਼ੀ ਹੋ ਜਾਵੇ, ਹਰ ਇੱਕ ਬੰਦਾ ਜਾ ਸਕੇ, ਦੇਖ ਸਕੇ,
ਆਪਣੇ ਪੁਰਖਿਆਂ ਦੇ ਘਰ ਗੁਰਦੁਆਰਾ ਸਾਹਿਬ ਨੇ ਉੱਥੇ ਆਪਣੇ ਪੰਜਾਬ ਸਾਹਿਬ ਹੋਰ ਸਾਰਿਆਂ ਦਰਸ਼ਨ ਕਰ ਸਕੇ। ਇਹ ਵੀ ਇੱਕ ਬੜੀ ਦਿੱਕਤ ਹੈ ਨਾ, ਜੇ ਤੁਸੀਂ ਜਾਂਦੇ ਹੋ ਤਾਂ ਜੇ ਗੁਰਦੁਆਰਾ ਸਾਹਿਬ ਦਾ ਵੀਜ਼ਾ ਨਹੀਂ ਹੈਗਾ ਤੁਸੀਂ ਨਹੀਂ ਜਾ ਸਕਦੇ। ਓਕੇ, ਜੇ ਤੁਸੀਂ ਪੁਰਾਣੇ ਫੈਮਲੀਆਂ ਨੂੰ ਮਿਲਣ ਜਾਂਦੇ ਹੋ ਆਹ ਵੀ ਬੜੀ ਵੱਡੀ ਪ੍ਰੋਬਲਮ ਆ, ਉਹ ਪਹਿਲਾਂ ਹੀ ਖੁੱਲ੍ਹ ਦੇਣੀ ਚਾਹੀਦੀ ਵੀ ਜਾ ਸਕਦੇ ਹੋ। ਹਾਂ, ਮਤਲਬ ਜਿਵੇਂ ਆਪਾਂ ਅਮੈਰੀਕਾ ਦਾ ਵੀਜ਼ਾ ਮਿਲ ਗਿਆ ਤਾਂ ਕਿਤੇ ਮਰਜ਼ੀ ਕਿਤੇ ਮਰਜ਼ੀ ਜਾਈਏ, ਪਰ ਪਾਕਿਸਤਾਨ 'ਚ ਇਸ ਤਰ੍ਹਾਂ ਨਹੀਂ। ਇਸ ਤਰ੍ਹਾਂ ਦਾ ਨਹੀਂ ਸੀ ਉਸ ਟਾਈਮ ਦੇ ਵਿੱਚ 88 ਦੇ ਵਿੱਚ, ਅਤੇ ਹੁਣ ਤਾਂ ਮੈਨੂੰ ਪਤਾ ਨਹੀਂ ਕਿਵੇਂ ਕੀ ਸਿਸਟਮ ਇਹਨਾਂ ਦਾ, ਪਰ ਉਦੋਂ ਨਹੀਂ ਸੀ। ਅਤੇ ਕਦੇ ਕਦੇ ਇਸ ਤਰ੍ਹਾਂ ਵੀ ਹੋਇਆ ਵੀ ਮਤਲਬ ਇੰਨੇ ਸਾਲਾਂ 'ਚ ਕਦੇ ਉਸ ਫੈਮਿਲੀ ਦੇ ਵਿੱਚੋਂ ਜਿਵੇਂ ਰਾਜਾ ਸਾਹਿਬ ਆਪ ਆਏ ਹੋਣ ਜਾਂ ਉਹਨਾਂ ਦੇ ਵੰਸ਼ ਇੱਧਰ ਆਏ ਹੋਣ ਤੁਹਾਨੂੰ ਮਿਲਣ? ਜਿਹੜੇ ਬੜੇ ਰਾਜਾ ਸਾਹਿਬ ਸੀ ਉਹ ਤਾਂ ਮੇਰੇ ਗ੍ਰੈਂਡਫਾਦਰ ਕੋਲ ਆਉਂਦੇ ਹੀ ਰਹਿੰਦੇ ਸੀ, ਪਹਿਲਾਂ ਤਾਂ ਖੁੱਲ੍ਹ ਸੀਗੀ, ਸ਼ਕਤੀਆਂ ਤਾਂ ਹੁਣ ਹੋਈਆਂ ਨੇ, ਉਦੋਂ ਤਾਂ ਆਉਂਦੇ ਰਹਿੰਦੇ ਸੀਗੇ। ਕੁਛ ਪਿਕਚਰਸ ਹੈਗੀਆਂ ਜਿਹੜੀਆਂ ਤਾਜ ਮਹਿਲ ਆਗਰਾ ਵਗੈਰਾ ਜਾਂਦੇ ਸੀ ਦੇਖ ਕੇ ਆਉਂਦੇ ਸੀ, ਮੇਰੇ ਗ੍ਰੈਂਡਫਾਦਰ ਨਾਲ ਸਾਰੇ ਉੱਥੇ ਆਉਂਦੇ ਜਾਂਦੇ ਸੀਗੇ। ਅਤੇ ਪ੍ਰੋਬਲਮਾਂ ਤਾਂ ਹੁਣ ਖੜੀਆਂ ਹੋਈਆਂ ਨੇ, ਉਹ ਵੀ ਹੁਣ ਮੇਰੇ ਨਾਲ ਗੱਲਾਂ ਕਰਦੇ ਨੇ ਜਾਂ ਸਾਡਾ ਬੜਾ ਜੀ ਕਰਦਾ ਬਿਲਕੁਲ ਅਸੀਂ ਇੰਡੀਆ ਆਈਏ ਤੁਹਾਨੂੰ ਦੇਖੀਏ, ਜਿਹੜੇ ਸਾਡੇ ਪੁਰਾਣੇ ਪਰਿਵਾਰ ਇੱਥੋਂ ਗਏ ਨੇ ਕਿਵੇਂ ਨੇ, ਅਸੀਂ ਗੱਲਾਂ ਇਹੀ ਕਰਦੇ ਰਹਿੰਦੇ ਹਾਂ ਤਕਰੀਬਨ ਵੀ ਸਾਡਾ ਬੜਾ ਮਨ ਕਰਦਾ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਡੇ ਕੋਲ ਆਈਏ। ਅਤੇ ਮੈਂ ਕਿਹਾ ਜੀ ਹੋਣਾ ਤਾਂ ਇਸ ਤਰ੍ਹਾਂ ਹੀ ਚਾਹੀਦਾ, ਹੁਣ ਇਹ ਬੜੀ ਪ੍ਰੋਬਲਮ ਹੈ ਵੀ ਜਿਹੜਾ ਵੀਜ਼ਾ ਨਹੀਂ ਦਿੰਦੇ। ਬਿਲਕੁਲ, ਮਤਲਬ ਤੁਸੀਂ ਕੈਨੇਡਾ ਦੇ ਸਿਟੀਜ਼ਨ ਹੋ ਜਾਓ ਉੱਥੋਂ ਤੁਸੀਂ ਪਾਕਿਸਤਾਨ ਦਾ ਵੀਜ਼ਾ ਲੈ ਲਓ, ਸੇਮ ਹੀ ਉੱਧਰੋਂ ਆ। ਹਾਂਜੀ ਹਾਂਜੀ, ਪਾਕਿਸਤਾਨ ਤੋਂ ਇੰਡੀਆ ਆਉਣਾ, ਇੰਡੀਆ ਤੋਂ ਪਾਕਿਸਤਾਨ ਜਾਣਾ, ਇਹ ਸਭ ਤੋਂ ਮੁਸ਼ਕਲ ਹੈ। ਬੜਾ ਮੁਸ਼ਕਲ ਹੈ ਜੀ, ਇਹ ਤਾਂ ਮੈਨੂੰ ਸਮਝ ਲੱਗਦੀ, ਉਹ ਕਹਿੰਦੇ ਸਾਨੂੰ ਨਹੀਂ ਇੰਡੀਅਨ ਵੈਸੇ ਵੀਜ਼ਾ ਦਿੰਦੀ। ਜੇ ਹੁਣ ਇਹੋ ਜਿਹੀਆਂ ਦੇਖੋ, ਜਿਸ ਬੰਦਿਆਂ ਦੇ ਪਾਸਪੋਰਟ ਹੀ ਅਮੈਰੀਕਾ ਕੈਨੇਡਾ ਹੋਰ ਕੰਟਰੀਆਂ ਨਾਲ ਭਰੇ ਪਏ ਨੇ ਉਹਨਾਂ ਨੂੰ ਦੇ ਦੇਣਾ ਚਾਹੀਦਾ, ਕੀ ਹਰਜ ਹੈ? ਹਰ ਪੰਜਾਬੀ ਨੂੰ ਦੇ ਦੇਣਾ ਚਾਹੀਦਾ, ਪੰਜਾਬੀ ਨੂੰ ਵੀ ਦੇਣਾ ਚਾਹੀਦਾ ਜੀ, ਉਹਨਾਂ ਨੂੰ ਵੀ ਦੇਣਾ ਚਾਹੀਦਾ, ਉਹਨਾਂ ਦਾ ਵੀ ਜੀ ਕਰਦਾ, ਉਹਨਾਂ ਦਾ ਵੀ ਜੀ ਕਰਦਾ ਬਿਲਕੁਲ। ਜਿਵੇਂ ਹੁਣ ਇੱਥੇ ਆਪਣੇ ਕੁਛ ਉਹਨਾਂ ਦੇ ਹੈਗੀਆਂ ਦਰਗਾਹਾਂ ਹੈਗੀਆਂ ਅਜਮੇਰ ਸ਼ਰੀਫ ਹੋਏ ਜਾਂ ਜਿਵੇਂ ਦਿੱਲੀ, ਸਾਰਾ ਦੇਖਣ ਦਾ ਉਹਨਾਂ ਦਾ ਵੀ ਚਾਓ ਚ ਹੈਗਾ, ਮਨ ਕਰਦਾ। ਸਾਡਾ ਜਿਵੇਂ ਕਰਦਾ ਵੀ ਅਸੀਂ ਪੰਜਾਬ ਸਾਹਿਬ ਜਾਈਏ, ਨਨਕਾਣਾ ਸਾਹਿਬ ਜਾਈਏ, ਸਾਰੇ ਧਰਮਾਂ ਦੇ ਦੇਖੀਏ ਜਾ ਕੇ, ਜਿਵੇਂ ਕੋਈ ਵੀ ਧਰਮ ਹੈ ਮੰਦਰ ਵੀ ਹੈਗੇ ਆ, ਪਰ ਇੱਕ ਦਾ ਜੀ ਕਰਦਾ। ਦੋ ਜੰਗਾਂ ਲੜੀਆਂ ਇੰਡੀਆ ਪਾਕਿਸਤਾਨ ਨੇ, ਉਸ ਤੋਂ ਬਿਨਾਂ ਤਾਂ ਕੋਈ ਪੁਰਾਣੀ ਦੁਸ਼ਮਣੀ ਹੈ ਨਹੀਂ ਸਮਾਂ ਦੀ, ਹੈ ਵੀ ਸਾਂਝਾਂ ਨੇ ਜਿਹੜੀਆਂ ਬਹੁਤ, ਉਹਦੀ ਹਿਸਟਰੀ ਬਹੁਤ ਹਜ਼ਾਰਾਂ ਸਾਲ ਪੁਰਾਣੀ ਹੈ। ਬਿਲਕੁਲ ਜੀ ਬਿਲਕੁਲ। ਅਤੇ ਯੂਰਪ ਨੇ ਦੋ ਜੰਗਾਂ ਲੜੀਆਂ, ਵਰਲਡ ਵਾਰ ਲੜੀਆਂ, ਇੱਕ ਦੂਜੇ ਦੇ ਖਿਲਾਫ ਲੜੀਆਂ, ਉਹਨਾਂ 'ਚ ਕੋਈ ਬਾਰਡਰ ਨਹੀਂ ਹੈਗਾ। ਬਾਰਡਰ ਨਹੀਂ, ਸਾਡੇ ਬਾਰਡਰ ਹੈ, ਸਾਡੇ ਸਖਤੀ ਬਾਹਲੀ ਹੈ। ਹਾਲਾਂਕਿ ਸਾਡੀਆਂ ਸਾਂਝਾਂ ਪੁਰਾਣੀਆਂ, ਸਾਂਝਾਂ ਪੁਰਾਣੀਆਂ ਨੇ, ਚੁੱਲ੍ਹਾ ਚੌਂਕਾ ਸਾਂਝਾਂ ਜਿਹੜੀਆਂ ਸਾਰੀਆਂ ਦੇਖ ਕੇ ਆਏ ਹਾਂ, ਮੈਂ ਤਾਂ ਦੇਖੀਆਂ ਨੇ, ਅਸੀਂ ਤਾਂ ਦੇਖਣ ਨਾਲ ਹੀ ਪਤਾ ਲੱਗਦਾ ਨਾ, ਕਹਿਣ ਨਾਲ ਕੁਛ ਹੋਰ ਹੈ, ਦੇਖਣ ਨਾਲ ਕੁਛ ਹੋਰ, ਅੱਖੀਂ ਦੇਖਿਆ ਕੁਛ ਹੋਰ। ਅਸੀਂ ਅੱਖੀਂ ਦੇਖ ਕੇ ਅਤੇ ਅੱਖੀਂ ਕੰਨਾਂ ਰਾਹੀਂ ਸੁਣ ਕੇ ਆਏ ਹੋਏ ਹਾਂ ਵੀ ਇੱਥੇ ਆਹ ਸੀ, ਉੱਥੇ ਮਤਲਬ ਕਿ ਐਂ ਆਉਂਦੇ ਹੁੰਦੇ ਸਰਦਾਰ ਸਾਹਿਬ ਤੋਂ ਬਿਨਾਂ ਤਾਂ ਕੋਈ ਬੋਲਦਾ ਹੀ ਨਹੀਂ ਉੱਥੇ, ਪੱਗ ਨਾਲ ਪਛਾਣ ਆ ਜਾਂਦੀ ਦੂਰੋਂ ਵੀ ਉੱਧਰ। ਸਭ ਤੋਂ ਵੱਡੀ ਸੀ, ਮੇਰੇ ਗ੍ਰੈਂਡਫਾਦਰ ਨੂੰ ਸਰਦਾਰ ਸਾਹਿਬ ਤੋਂ ਬਿਨਾਂ ਕੋਈ ਵੀ ਨਹੀਂ ਬੋਲਦਾ ਸੀ, ਸਰਦਾਰ ਅਮਰ ਸਿੰਘ ਲਹਿਲ, ਸਰਦਾਰ ਅਮਰ ਸਿੰਘ ਲਹਿਲ ਇੱਥੇ ਆਉਂਦੇ ਸੀ, ਘੋੜੇ 'ਤੇ ਆਉਂਦੇ ਸੀ ਜਾਂ ਟਾਂਗੇ 'ਤੇ, ਉਦੋਂ ਟਾਂਗੇ ਹੁੰਦੇ, ਬੱਗੀਆਂ ਹੁੰਦੀਆਂ, ਉਹ ਗੱਲਾਂ ਸੁਣੀਆਂ ਬੜੀਆਂ, ਮਜ਼ਾ ਆਉਂਦਾ ਸਾਰੀ ਪੁਰਾਣੀ ਹਿਸਟਰੀ ਉਹਨਾਂ ਤੋਂ ਸੁਣ ਕੇ। ਮੇਰੇ ਜਿਹੜੇ ਚਾਚਾ ਜੀ ਦੀ ਗੱਲ ਕਰਦੇ ਹਨ ਨਾਦਰ ਖਾਂ, ਇਹਨਾਂ ਨੂੰ ਇੱਕ ਮੇਰੇ ਗ੍ਰੈਂਡਫਾਦਰ ਨੇ ਡਾਇਨਿੰਗ ਟੇਬਲ ਉਸ ਟਾਈਮ ਨਾਲ ਗਏ ਹੋਣਗੇ, ਚਾਚਾ ਜੀ ਨੇ ਲੈਣਾ ਹੋਣਾ, ਰਾਜੇ ਫੈਮਿਲੀ ਆ, ਉਹਨਾਂ ਨੇ ਕਹਿਣਾ ਸਰਦਾਰ ਸਾਹਿਬ ਚੱਲੀਏ ਆਪਾਂ ਲੈ ਕੇ ਆਉਣੀ ਹੈ, ਚ ਡਾਇਨਿੰਗ ਟੇਬਲ ਅੱਜ ਵੀ ਉਹਨਾਂ ਦਾ ਮੌਜੂਦ ਆ ਉੱਥੇ, ਜਿਹੜਾ ਉਹਨਾਂ ਨੇ ਉਸ ਟਾਈਮ ਆਪਣੇ ਹੱਥਾਂ ਨਾਲ ਖਰੀਦ ਕੀਤੀ ਸੀ, ਖਰੀਦ ਕੇ ਉੱਧਰਲੀ ਫੈਮਿਲੀ ਲਈ, ਮਤਲਬ ਉਹਨਾਂ ਨੇ ਸੰਭਾਲ ਕੇ ਰੱਖਿਆ ਉਸ ਡਾਇਨਿੰਗ ਟੇਬਲ 'ਤੇ। ਜਦੋਂ ਅਸੀਂ 88 ਦੇ ਵਿੱਚ ਅਸੀਂ ਖਾਣਾ ਖਾਂਦੇ ਸੀਗੇ ਅਤੇ ਉਹ ਸਾਨੂੰ ਅਚੇਚੇ ਤੌਰ 'ਤੇ ਦੱਸਦੇ ਹੁੰਦੇ ਵੀ ਇਹ ਚਾਚਾ ਅਮਰ ਸਿੰਘ ਲਹਿਲ ਨੇ ਲੈ ਕੇ ਦਿੱਤਾ ਸੀ, ਚਾਚਾ ਜੀ ਕਹਿੰਦੇ ਸੀ ਉਹ ਵੀ ਚਾਚਾ ਅਮਰ ਸਿੰਘ ਲਹਿਲ ਨੇ ਲੈ ਕੇ ਦਿੱਤਾ ਸੀ। ਮਤਲਬ ਉਹਨਾਂ ਨੂੰ ਇਸ ਫੈਮਿਲੀ ਨਾਲ ਜੁੜੀ ਹੋਈ ਗੱਲ ਲੱਗਦੀ ਸੀ, ਇਸ ਕਰਕੇ ਮਤਲਬ ਉਹਨਾਂ ਨੇ ਉਹਨੂੰ ਸੰਭਾਲ ਕਰ, ਉਹਨੂੰ ਹਜੇ ਵੀ ਰੱਖਿਆ ਹੋਇਆ, ਹੁਣ ਵੀ ਹੈਗਾ? ਹੈਗਾ ਜੀ, ਪੁੱਛਦਾ ਰਹਿੰਦਾ ਮੈਂ, ਹੈਗਾ ਕਹਿੰਦੇ ਹੈਗਾ, ਉਹ ਨਹੀਂ ਕਹਿੰਦੇ ਜਾਂਦੇ ਅਸੀਂ। ਮਤਲਬ ਜੇ ਇਸ ਤਰ੍ਹਾਂ ਦੀ ਆਪਸ਼ਨ ਹੋਵੇ ਵੀ ਤੁਹਾਨੂੰ ਕੋਈ ਅੱਜ ਵੀ ਮਤਲਬ ਇਸ ਤਰ੍ਹਾਂ ਦਾ, ਚਲੋ ਵੈਸੇ ਕਲਪਨਾ ਵਾਲੀ ਗੱਲ ਹੈ, ਉਵੇਂ ਹੋਣਾ ਤਾਂ ਹੈ ਨਹੀਂ, ਵੀ ਮਤਲਬ ਜੇ ਅੱਜ ਵੀ ਇਹ ਹੋਵੇ ਵੀ ਤੁਸੀਂ ਪਹਿਲਾਂ ਵਾਲਾ ਪਿੰਡ ਆਪਦਾ ਸਾਂਭ ਸਕਦੇ ਹੋ ਤਾਂ ਮਤਲਬ ਤਾਂ ਤੁਸੀਂ ਤਾਂ ਹਾਂ ਕਰ ਦੋਗੇ। ਬਿਲਕੁਲ, ਉਹ ਤਾਂ ਜੀ ਹੁਣ ਕੋਈ ਪੈਸੇ ਕਹਿੰਦਾ ਤਾਂ ਹੈ ਨਹੀਂ ਗਾ, ਪਰ ਕਰਨਾ ਤਾਂ ਨਹੀਂ, ਕੀ ਕਰੀਏ ਹੁਣ ਜਦੋਂ ਸਾਰਾ ਕੁਛ ਤਾਂ ਛੱਡੇ ਆਏ, ਹੁਣ ਇੰਨੀ ਜਾਇਦਾਦ ਦੇ ਮਾਲਕ ਹੋ ਕੇ ਸਾਰਾ ਕੁਛ ਹੀ ਉੱਥੇ ਰਹਿ ਗਿਆ। ਚਲੋ ਇੱਥੇ ਬੜੀ ਪਰਮਾਤਮਾ ਦੀ ਕਿਰਪਾ, ਸਭ ਕੁਛ ਹੈਗਾ,
ਉਵੇਂ ਹੀ ਹੈ ਜਿਵੇਂ ਉੱਥੇ ਸੀਗਾ, ਉਸ ਤਰ੍ਹਾਂ ਹੀ ਹੈ ਸਭ ਕੁਛ, ਉਵੇਂ ਬਾ ਪਰਮਾਤਮਾ ਨੇ ਰੱਖਿਆ ਜਿੱਥੇ ਸੀਗੇ, ਠੀਕ ਹੈ ਨਾ। ਜਿਵੇਂ ਮੇਰੇ ਗ੍ਰੈਂਡਫਾਦਰ ਨੇ, ਮੇਰੇ ਪੜਦਾਦਾ ਜੀ ਨੇ ਸਾਰਾ ਕੁਛ ਕੀਤਾ, ਉਹੀ ਪੜਾਅ 'ਤੇ ਅੱਜ ਮੌਜੂਦ ਆ। ਅਤੇ ਉਹ ਅਸਲ 'ਚ ਹਾਂ ਇਹ ਚੀਜ਼ ਮੈਂ ਪੁੱਛਣੀ ਚਾਹੁੰਦਾ ਸੀ ਵੀ ਉੱਥੋਂ ਜਦੋਂ ਆਪਾਂ ਆ ਗਏ ਸਾਰੀ ਰਿਆਸਤ, ਜਿਵੇਂ ਜਿਹੜੀ ਰਿਆਸਤ ਦੇ ਵਿੱਚ ਤੁਹਾਡੀਆਂ ਜਗੀਰਾਂ ਸੀਗੀਆਂ ਜਾਂ ਹਵੇਲੀ ਸੀ, ਆਪਾਂ ਨਾਲ ਤਾਂ ਕਿੰਨੀ ਕੁ ਚੀਜ਼ ਚੱਕ ਲਾਂਗੇ ਨਾ, ਇੱਥੇ ਆ ਕੇ ਮਤਲਬ ਫਿਰ ਦੁਬਾਰਾ ਉਸੇ ਪੁਜੀਸ਼ਨ 'ਤੇ ਗਰੋਅ ਕਿਵੇਂ ਕੀਤਾ ਇੱਧਰ ਆ ਕੇ? ਗਰੋਅ ਪਹਿਲਾਂ ਪਿੰਡ ਸੀਗਾ, ਜਾਇਦਾਦ ਸੀਗੀ, ਇੱਧਰ ਵੀ ਹੈਗੀ ਸੀ, ਇੱਧਰ ਵੀ ਹੈਗੀ ਸੀ। ਓਕੇ, ਫਿਰ ਸਾਨੂੰ ਮੇਰੇ ਜਿਹੜੇ ਇਹ ਮਹਾਰਾਜ ਜੀਨ ਸੀ, ਇਹਨਾਂ ਨੇ ਫਿਰ ਜਦੋਂ ਇੱਥੇ ਸਾਨੂੰ ਮੇਰੇ ਗ੍ਰੈਂਡਫਾਦਰ ਨੂੰ ਲਿਆਏ ਨਾ, ਕੁੱਤੇ ਦੌੜਾਉਣ ਕਰਕੇ ਸਾਰੇ ਵੀ ਪਿਆਰ ਸੀ, ਮੁਹੱਬਤ ਸੀ ਵੀ ਅਮਰ ਸਿੰਘ ਲਹਿਲ ਤੁਸੀਂ ਮੇਰੇ ਕੋਲ ਰਹੋ ਵੀ ਆਪਣਾ ਇੰਨਾ ਪਿਆਰਾ ਵੀ ਠੀਕ ਆ, ਮਾਈਗ੍ਰੇਟ ਚੱਲਦੇ ਰਹਿੰਦਾ ਹੁੰਦਾ ਤਾਂ ਵੀ ਤੁਸੀਂ ਸਾਡੇ ਕੋਲ ਰਹੋ। ਉਦੋਂ ਫਿਰ ਸਾਰੀ ਲੈਂਡ ਜਿਹੜੀ ਅਸੀਂ ਸੰਗਰੂਰ ਦੀ ਅਸੀਂ ਇੱਥੇ ਆ ਕੇ ਲਈ ਹੈ, ਉਹ ਮਹਾਰਾਜ ਜੀ ਨੇ ਦਵਾਈ। ਅਤੇ ਇਹ ਜਿਹੜੀ ਹਵੇਲੀ 'ਚ ਆਪਾਂ ਬੈਠੇ ਹਾਂ ਇਹ ਵੀ ਉਦੋਂ ਦੀ ਆ? ਹਾਂਜੀ, ਇਹ ਵੀ ਉਦੋਂ ਦੀ। ਅਤੇ ਉਦੋਂ ਤੋਂ ਰਿਹਾਇਸ਼ ਇੱਥੇ ਹੀ ਹੈ? ਨਹੀਂ, ਪਹਿਲਾਂ ਸਾਡੀ ਉੱਧਰ ਸੀਗੀ ਮੁਬਾਰਕ ਮਹਿਲ, ਮਹਾਰਾਜ ਨੇ ਆਪਣੇ ਕੋਲ ਰੱਖੇ ਹੋਏ ਸੀ ਅਸੀਂ। ਓਕੇ, ਫਿਰ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਇਹ ਬਾਅਦ ਦੇ ਵਿੱਚ ਇਹ ਹੈਗੀ ਸੀ ਮੇਰੇ ਗ੍ਰੈਂਡਫਾਦਰ ਕੋਲ, ਫਿਰ ਅਸੀਂ ਇੱਥੇ ਆ ਗਏ। ਇਹ 78 'ਚ ਮੇਰੇ ਗ੍ਰੈਂਡਫਾਦਰ ਡੈਥ ਹੋ ਗਈ, 79-80 'ਚ ਅਸੀਂ ਉਰੇ ਆ ਗਏ। ਇੱਧਰ ਆ ਕੇ ਫਿਰ ਉਹਨਾਂ ਦੀ ਮਤਲਬ ਮਹਾਰਾਜਾ ਸਾਹਿਬ ਨਾਲ ਕੀ ਭੂਮਿਕਾ ਕੀ ਸੀਗੀ, ਅਧਿਕਾਰੀ ਦੇ ਤੌਰ 'ਤੇ ਉਹਨਾਂ ਨੇ ਉਹ ਕੀਤਾ? ਹਾਂ, ਮੇਰੇ ਗ੍ਰੈਂਡਫਾਦਰ ਸਾਹਿਬ ਉਹਨਾਂ ਨਾਲ ਹੀ ਰਹੇ ਜ਼ਿਆਦਾ, ਫਿਰ ਕਦੀ ਉਹਨਾਂ ਨੂੰ ਇਹ ਮਤਲਬ ਕਿ ਇਹ ਮੁਖਤਿਆਰੇ ਆਮ ਵੀ ਬਣਾ ਕੇ ਰੱਖਿਆ, ADC ਵੀ ਰੱਖਿਆ ਉਹਨਾਂ ਨੂੰ ਬਣਾ ਕੇ, ਅਤੇ ਮਤਲਬ ਕਿ ਉਹ ਉਸ ਟਾਈਪ 'ਚ ਨਹੀਂ ਸਮਝਦੇ ਸੀ, ਐਜ਼ ਏ ਇੱਕ ਫੈਮਿਲੀ ਮੈਂਬਰ ਸਮਝਦੇ ਸੀ ਮੇਰੇ ਗ੍ਰੈਂਡਫਾਦਰ ਨੂੰ। ਮੁਖਤਿਆਰੇ ਆਮ ਦਾ ਮਤਲਬ ਇਹ ਭਾਸ਼ਾ 'ਚ ਆਮ ਬੰਦੇ ਨੂੰ ਕਈ ਵਾਰੀ ਨਹੀਂ ਸਮਝ ਆਉਂਦਾ, ਮਤਲਬ ਮੇਰਾ ਥੋੜ੍ਹਾ ਜਿਹਾ ਕਿਉਂਕਿ ਐਜ਼ ਏ ਪੱਤਰਕਾਰ ਕੋਰਟਾਂ ਨਾਲ ਵਾਹ ਪੈਂਦਾ। ਮੁਖਤਿਆਰੇ ਆਮ ਤਾਂ ਬੰਦਾ ਮਤਲਬ ਉਸੇ ਬੰਦੇ ਨੂੰ ਹੀ ਦੇਊਗਾ ਜਿਹਦੇ 'ਤੇ ਤੁਸੀਂ ਬਲਾਈਂਡ ਫੇਥ ਕਰਦੇ। ਬਲਾਈਂਡ ਫੇਥ ਉਹ ਸੇਮ ਸੀਗੇ ਜੀ, ਕਿਉਂਕਿ ਮੇਰੇ ਗ੍ਰੈਂਡਫਾਦਰ ਮਹਾਰਾਜ ਜੀਨ ਦੇ ਸਾਰੇ ਇਕੱਠੇ ਕੁੱਤੇ ਭਜਾਉਂਦੇ ਰਹੇ ਨੇ ਜੀ, ਠੀਕ ਹੈ ਨਾ ਜੀ। ਕੁੱਤੇ ਭਜਾਉਣ ਕਰਕੇ ਵੀ ਇਹਨਾਂ ਦੇ ਬੜੇ ਕਿੱਸੇ ਨੇ ਮੇਰੇ ਗ੍ਰੈਂਡਫਾਦਰ ਨੇ, ਮਹਾਰਾਜ ਜੀਨ ਦੇ ਕਿੱਸੇ ਨੇ। ਮਹਾਰਾਜ ਜੀਨ ਦੇ ਅਤੇ ਮੇਰੇ ਗ੍ਰੈਂਡਫਾਦਰ ਪਾਕਿਸਤਾਨ 'ਚ ਵੀ ਕੁੱਤੇ ਭਜਾ ਕੇ ਆਉਂਦੇ ਰਹੇ ਨੇ, ਪਾਰਟੀਸ਼ਨ ਤੋਂ ਸ਼ੌਕੀਨ ਸੀਗੇ ਮਤਲਬ। ਹਾਂਜੀ, ਅਤੇ ਇਹਦੇ ਉਦੋਂ ਕੋਈ ਇੰਨੀ ਪਾਬੰਦੀ ਵੀ ਨਹੀਂ ਹੋਣੀ ਹੈ ਨਾ ਬਾਰਡਰ 'ਤੇ, ਜਿਵੇਂ ਆਪਣੇ ਕੋਈ ਪਾਬੰਦੀ ਨਹੀਂ ਸੀ, ਇਹ ਤਾਂ ਪਾਬੰਦੀਆਂ ਤਾਂ ਹੁਣ ਜ਼ਿਆਦਾ ਟਾਈਟ ਹੋਇਆ ਕੰਮ ਥੋੜ੍ਹੇ ਸਾਲਾਂ ਤੋਂ। 88 ਦੇ ਵਿੱਚ ਵੀ ਕੁਛ ਨਹੀਂ ਸੀ ਜੀ, ਕੋਈ ਇੰਨਾ ਹੈ ਨਹੀਂ ਸੀ, ਕੋਈ ਪਾਬੰਦੀਆਂ ਨਹੀਂ ਸੀ, ਵੀਜ਼ਾ ਨੋਰਮਲ ਲੱਗ ਜਾਂਦਾ ਸੀਗਾ, ਅਪਲਾਈ ਕਰੋ ਵੀਜ਼ਾ ਲੱਗ ਜਾਂਦਾ ਸੀ। ਅਤੇ ਹੁਣ ਥੋੜ੍ਹੇ ਜਿਹੇ ਜ਼ਿਆਦਾ ਸਖਤੀ ਹੋ ਗਈ, ਉਦੋਂ ਤਾਂ ਆਮ ਆਉਣ ਜਾਣ ਸੀਗਾ। ਅਸਲ 'ਚ ਤਾਂ ਇਹ ਮਤਲਬ ਪੋਲੀਟੀਕਲ ਮਾਹੌਲ ਦੇ ਹਿਸਾਬ ਨਾਲ ਹੀ ਐਡਜਸਟ ਹੁੰਦੀਆਂ ਨੇ ਚੀਜ਼ਾਂ। ਆਮ ਲੋਕ ਤਾਂ ਉਦੋਂ ਵੀ ਜਾ ਕੇ ਖੁਸ਼ ਸੀਗੇ, ਹੁਣ ਵੀ ਜਾ ਕੇ ਖੁਸ਼ ਨੇ। ਹੁਣ ਵੀ ਜੇ ਤੁਸੀਂ ਆਪ ਹੀ ਦੇਖ ਲਓ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਨਾਲ ਕਿੰਨੀ ਪਬਲਿਕ ਖੁਸ਼ ਹੈ, ਬਹੁਤ ਉੱਧਰੋਂ ਉਹ ਇੱਕ ਦੂਜੇ ਨੂੰ ਮਿਲ ਲੈਂਦੇ ਨੇ। ਇਸ ਕਰਕੇ ਜੇ ਹੁਣ ਸਾਨੂੰ ਖੁੱਲ੍ਹਾ ਵੀਜ਼ਾ ਕਰ ਦੇਣ ਵੀ ਤੁਸੀਂ ਅਪਲਾਈ ਕਰੋ, ਠੀਕ ਹੈ, ਸਰਕਾਰ ਦਾ ਰੋਲ ਹੈ ਇਹ 'ਚ ਉਹਦੀ ਇਨਕੁਆਇਰੀ ਕਰਨਾ ਬੰਦੇ ਦੀ, ਪਰਸਨ ਦੀ, ਉਹ ਕਰਨੀ ਚਾਹੀਦੀ ਹੈ, ਕਰਕੇ ਉਹਨੂੰ ਵੀਜ਼ਾ ਮਿਲਣਾ ਚਾਹੀਦਾ ਵੀ ਬੰਦਾ ਗਲਤ ਨਾ ਹੋਵੇ ਉਹ ਨਾ। ਇਹ ਚਲੋ ਬਣਦੀਆਂ ਨੇ ਸਰਕਾਰ ਦੀਆਂ, ਬਿਲਕੁਲ ਇਹ ਬਣਦਾ। ਹਾਂਜੀ, ਕਿਉਂਕਿ ਮਤਲਬ ਇਹ ਵੀ ਤੁਸੀਂ ਜਦੋਂ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਇੰਨੇ ਸਾਲਾਂ ਬਾਅਦ ਵੀ 78 ਤੱਕ 80 ਤੋਂ ਬਾਅਦ ਵੀ ਆਮ ਲੋਕ ਇੱਧਰ ਉੱਧਰ ਚਲੇ ਜਾਂਦੇ ਸੀ, ਜੇ ਉਦੋਂ ਨਹੀਂ ਇੱਕ ਦੂਜੇ ਦਾ ਕੋਈ ਨੁਕਸਾਨ ਕੀਤਾ ਤਾਂ ਹੁਣ ਮਤਲਬ ਆਮ ਪਬਲਿਕ ਨੇ ਕੀ ਕਰਦਾ? ਬਿਲਕੁਲ, ਅਸਲ ਦੇ ਵਿੱਚ ਅਸੀਂ ਵੀ ਚਾਹੁੰਦੇ ਹਾਂ ਵੀ ਉਹਨਾਂ ਨੂੰ ਮਿਲਿਆ ਜਾਵੇ, ਉਹ ਵੀ ਬੜੇ ਖੁਸ਼ ਨੇ, ਉਹ ਆਮ ਸਾਰੀ ਜਿੰਨੀ ਉਹਨਾਂ ਦਾ ਆਵਾਮ ਹੈ, ਆਪਣਾ ਆਵਾਮ ਹੈ, ਇੱਕ ਦੂਜੇ ਨੂੰ ਮਿਲ ਕੇ ਖੁਸ਼ ਚਾਹੁੰਦਾ ਵੀ ਅਸੀਂ ਖੁਸ਼ ਹੋਈਏ ਵੀ ਮਿਲੀਏ ਤਾਂ ਸਹੀ, ਅਸੀਂ ਆਪਣਾ ਉੱਧਰਲਾ ਕਲਚਰ ਦੇਖੀਏ। ਮੈਂ ਤਾਂ ਮੇਰੇ ਕਿੱਸੇ ਬੜੇ ਯਾਦ ਨੇ, ਲਾਹੌਰ ਅਸੀਂ ਆਏ, ਮਹਾਰਾਜ ਰਣਜੀਤ ਸਿੰਘ ਦਾ ਜਿਹੜਾ ਮਿਊਜ਼ੀਅਮ ਹੈ ਉਹ ਵੀ ਦੇਖਿਆ ਸੀ, ਜਿੱਥੇ ਲੈਲਾ ਘੋੜੀ ਦੀ ਖੱਲ ਲਾ ਕੇ ਉਹਨੂੰ ਭਰ ਕੇ ਖੜਾਇਆ ਹੋਇਆ, ਬੜਾ ਸਕੂਨ ਮਿਲਦਾ ਸੀ ਦੇਖ ਕੇ ਵੀ ਦੇਖੋ ਹੈ ਨਾ ਉਹਨਾਂ ਦੀ ਉਸਦੇ ਚੋਲਾ ਜਿਹੜਾ ਪਾਉਂਦੇ ਸੀ ਅਤੇ ਛਤਰੀ ਲੈਲਾ ਘੋੜੀ ਦੀ ਉਹ ਖੜਾ ਰੱਖੀ ਹੈ ਮਿਊਜ਼ੀਅਮ 'ਚ ਉਹਨਾਂ ਨੇ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਜਿਵੇਂ ਹੁਣ ਤੁਸੀਂ ਆਪਦੇ ਜੇ ਤੁਸੀਂ ਦੇਖੀਆਂ ਨਹੀਂ ਹੈਗੀਆਂ ਪਰ ਤੁਹਾਡੇ ਫਾਦਰ ਕੋਲ ਪਹੁੰਚੀਆਂ, ਫਾਦਰ ਕੋਲ ਤੁਹਾਡੇ ਗ੍ਰੈਂਡਫਾਦਰ ਤੋਂ ਪਹੁੰਚੀਆਂ, ਹੁਣ ਤੁਹਾਡੇ ਕੋਲ, ਤੁਹਾਡੇ ਤੋਂ ਤੁਹਾਡੇ ਬੱਚਿਆਂ ਕੋਲ, ਮਤਲਬ ਤੁਸੀਂ ਸੰਭਾਲ ਕੇ ਰੱਖੀਆਂ ਹੋਈਆਂ ਨੇ ਚੀਜ਼ਾਂ ਹੈ ਨਾ। ਚੀਜ਼ਾਂ ਦੀ ਮਿਆਦ ਤਾਂ ਥੋੜ੍ਹੀ ਹੁੰਦੀ ਹੈ, ਮੈਮਰੀਜ਼ ਦੀ ਮਿਆਦ ਬਹੁਤ ਜ਼ਿਆਦਾ ਹੁੰਦੀ ਹੈ ਜੀ ਜੀ।
ਅਤੇ ਇਹ ਮਤਲਬ ਇਹ ਤੁਸੀਂ ਮਤਲਬ ਪੱਕਾ ਧਾਰਿਆ ਹੋਇਆ ਵੀ ਇਹ ਫਲੋ ਕਰੂਗੀ ਅੱਗੇ ਆਉਣ ਵਾਲੀਆਂ ਪੀੜ੍ਹੀਆਂ 'ਚ? ਬਿਲਕੁਲ ਜੀ, ਇਹ ਹੁਣ ਪੀੜ੍ਹੀ ਦਰ ਪੀੜ੍ਹੀ ਤਾਂ ਚੱਲਣੀ ਚਾਹੀਦੀ ਹੈ। ਮੇਰੇ ਬੇਟੇ ਨੂੰ ਬੜਾ ਸ਼ੌਕ ਹੈ ਇਸ, ਕੁਛ ਮੈਂ ਪੇਪਰ ਉਹਨੂੰ ਕੱਢ ਕੇ ਦਿੱਤੇ, ਹਜੇ ਕੁਛ ਪੇਪਰ ਪਏ ਨੇ, ਦਿਖਾਏ ਨੇ ਉਹਨੂੰ, ਉਹ ਸਾਰਾ ਸਾਂਭਿਆ ਹੈ, ਸਾਂਭ ਕੇ ਸਾਰਾ ਰੱਖਿਆ ਹੋਇਆ ਸਾਡਾ, ਵੀ ਜਿਵੇਂ ਮੇਰੇ ਗ੍ਰੈਂਡਫਾਦਰ ਦੇ ਸਰਟੀਫਿਕੇਟ ਸੀ ਜਾਂ ਹੋਰ ਸੀ, ਉਹ ਸਾਰਾ ਅਸੀਂ ਐਜ਼ ਇਟ ਇਜ਼ ਹੀ ਰੱਖੇ ਹੋਏ ਸੀ। ਪਰ ਇੰਨਾ ਵੀ ਪਰਮਾਤਮਾ ਸ਼ੁਕਰ ਹੈ ਵੀ ਉਹ ਖਰਾਬ ਨਹੀਂ ਹੋਏ, ਉਹ ਹੁਣ ਇਹਨੂੰ ਵੀ ਅੱਗੇ ਸੰਭਾਤੇ ਵੀ ਬਾਈ ਹੁਣ ਤੁਸੀਂ ਸਾਂਭੋ। ਇਹ ਸੀਗੇ ਰੋਬਿਨ ਲਹਿਲ ਜੀ, ਅਤੇ ਲਹਿਲ ਮਤਲਬ ਇਹਨਾਂ ਦਾ ਗੋਤ ਨਹੀਂ ਹੈਗਾ ਜਿਵੇਂ ਤੁਸੀਂ ਸਾਰੀ ਗੱਲਬਾਤ 'ਚ ਦੇਖ ਹੀ ਲਿਆ ਹੋਣਾ, ਅਤੇ ਲਹਿਲ ਇਹਨਾਂ ਦੇ ਪਿੰਡ ਦਾ ਨਾਂ ਸੀਗਾ ਜਿਹੜਾ ਉਸ ਵੇਲੇ ਦੇ ਇੱਧਰਲੇ ਪੰਜਾਬ ਦੇ ਵਿੱਚ ਸੀ, ਹੁਣ ਵੀ ਇੱਧਰ ਹੈ, ਪਰ ਜਦੋਂ ਇਹਨਾਂ ਨੂੰ ਉੱਧਰ ਫੈਸਲਾਬਾਦ ਜ਼ਿਲ੍ਹੇ ਦੇ ਵਿੱਚ ਜ਼ਮੀਨਾਂ ਅਲਾਟ ਹੋਈਆਂ ਤਾਂ ਉੱਧਰ ਵੀ ਇਹਨਾਂ ਨੇ ਲਹਿਲ ਵਸਾਇਆ, ਅਤੇ ਉਸ ਤੋਂ ਬਾਅਦ ਜਦੋਂ ਇਹ ਵਾਪਸ ਆਏ ਅਤੇ ਜੀਂਦ ਰਿਆਸਤ ਵੱਲੋਂ ਔਫਰ ਆਈ ਇੱਧਰ ਮਾਈਗ੍ਰੇਟ ਹੋਣ ਦੀ, ਤਾਂ ਇੱਥੇ ਵੀ ਸੰਗਰੂਰ ਦੇ ਵਿੱਚ ਲਹਿਲ ਕਲੋਨੀ ਦੇ ਨਾਂ 'ਤੇ ਹੀ ਮਤਲਬ ਇਹ ਏਰੀਆ ਜਾਣਿਆ ਜਾਂਦਾ। ਅਤੇ ਇਹ ਇੱਕ ਤਰੀਕਾ ਹੈ ਮਨੁੱਖ ਦਾ, ਚਾਹੇ ਉਹ ਕਿਸੇ ਵੀ ਵਰਗ ਨਾਲ ਸੰਬੰਧਿਤ ਹੋਵੇ, ਚਾਹੇ ਆਮ ਬੰਦਾ ਹੈ, ਚਾਹੇ ਰੋਇਲ ਫੈਮਿਲੀ 'ਚੋਂ ਹੈ, ਪਰ ਉਹਦੀਆਂ ਮੈਮਰੀਜ਼ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਂਭ ਕੇ ਰੱਖਦਾ। ਤੁਹਾਨੂੰ ਸਾਡੀ ਅੱਜ ਦੀ ਗੱਲਬਾਤ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ।